ਹਾਂਜੀ ਮੇਰੇ ਵੀਰ ਆਉਂਦੇ ਆ, ਮਨਪ੍ਰੀਤ ਡਾਲਾ ਤੇ ਮੀਕਾ ਭੇਖਾ ਆ ਗਏ ਆ ਗਰਾਊਂਡ ਦੇ ਵਿੱਚ, ਤਕਰੀਬਨ ਆ ਰਹੇ ਆ। ਆ ਜਾਓ ਜੀ ਫਟਾਫਟ ਆ ਜਾਓ ਮੇਰੇ ਵੀਰ। ਹੈਲੋ, ਨਾਲ ਹੀ ਆਪਾਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ, ਉਹ ਵੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹੈ। ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ, ਸ਼੍ਰੋਮਣੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ ਸਾਹਿਬ। ਡਾਲੇ ਪਿੰਡ ਦਾ ਮਨਪ੍ਰੀਤ ਸਿੰਘ, ਮੀਕੇ ਪਿੰਡ ਦਾ ਮੀਕਾ ਭੇਖੇ ਪਿੰਡ ਦਾ, ਪਹਿਲੇ ਸਾਲ ਕਹਿੰਦੇ ਵੀ ਫਰੇਜ਼ਰ ਵੈਲੀ ਵੱਲੋਂ ਬੱਲੇ ਬੱਲੇ ਹੋਈ। ਨਾਲ ਡਾਲੇ ਪਿੰਡ ਦਾ ਕਹਿੰਦੇ ਵੀ ਮਨਪ੍ਰੀਤ ਸਿੰਘ ਦੁਨੀਆ ਦਾ ਉਹ ਮਹਾਨ ਜਾਫੀ ਹੈ, ਔਰ ਸਰਦਾਰ ਮੱਖਣ ਸਿੰਘ ਜੀ ਚੜਿੱਕ ਸਾਹਿਬ ਮਾਣ ਮਹਿਸੂਸ ਕਰਦੇ ਅੱਜ, ਕਿਉਂਕਿ ਵੱਡੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਨੇ ਡਾਲੇ ਪਿੰਡ ਦੇ ਮਨਪ੍ਰੀਤ ਸਿੰਘ ਦੇ ਲਈ। ਨਾਲ ਕਹਿੰਦੇ ਵੀ ਮੀਕੇ ਨੌਜਵਾਨ ਦਾ ਨਾਮ ਵੱਡਾ ਪੂਰੀ ਦੁਨੀਆ ਭਰ ਦੇ ਵਿੱਚ। ਇੱਧਰ ਨਿੰਦਰੇ ਭੱਲੇ ਕਹਿਣ ਵਾਲੇ ਦੇ ਲਈ ਜੌਲ ਡੈਰੀ ਖੋਸਾ ਰਣਧੀਰ ਵਾਲੇ ਸਾਡੇ ਸਤਿਕਾਰਯੋਗ ਵੀਰ 100 ਰੁਪਏ ਦਾ ਮਾਣ ਪਿਆਰ ਭੇਜਦੇ ਆ ਨਿੰਦਰੇ ਭੱਲੇ ਕਹਿਣ ਵਾਲੇ ਦੇ ਲਈ। ਮਨਪ੍ਰੀਤ ਡਾਲਾ ਤੇ ਮੀਕਾ ਭੇਖਾ ਆ ਗਏ ਆ ਨੇੜੇ ਵੀ, ਸ਼ੇਰਾ ਖੋਸਾ ਕੋਟਲਾ ਸ਼ੇਰਾ। ਨਾਲ ਹੀ ਹਾਂਜੀ ਸਾਡੇ ਦਰਮਿਆਨ ਸਾਡੇ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ ਉਹ ਪਹੁੰਚ ਚੁੱਕੇ ਨੇ, ਅਸੀਂ ਇੱਥੇ ਆਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜੀਓ ਐ ਆਖਦੇ ਹਾਂ, ਬੇਨਤੀ ਕਰਦੇ ਹਾਂ ਕਿ ਕੁਰਸੀਆਂ ਤੇ ਬੈਠਣ। ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਰਾਣਾ ਕਲੱਬ ਦੌਦਰ ਤੇ ਨੱਥੋਕੇ ਦੀਆਂ ਟੀਮਾਂ ਜੀ, ਰਾਣਾ ਕਲੱਬ ਦੌਦਰ ਵਾਰਸੀ ਜੀ ਨੱਥੋਕੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਦੇ ਨਾਲ ਆ ਜਾਣ, ਰਾਣਾ ਕਲੱਬ ਦੌਦਰ ਵਾਰਸੀ ਜੀ ਨੱਥੋਕੇ। ਨਾਲ ਹੀ ਹਰਜੀਤ ਛਾਬੜਾ ਜੀ ਜੋ ਪ੍ਰਧਾਨ ਹੈ ਚੰਡੀਗੜ੍ਹ ਪ੍ਰੈਸ ਦੇ, ਇਹਨਾਂ ਮਾਨਾਂ ਸਨਮਾਨਾਂ ਤੋਂ ਬਾਅਦ ਬਾਗੇ ਵੀਰ ਇੱਥੋਂ ਆਪਾਂ ਜਗ੍ਹਾ ਖਾਲੀ ਕਰਾਂਗੇ, ਕਿਉਂਕਿ ਸੈੱਟ ਇੱਧਰਲੇ ਪਾਸੇ ਆ ਕੇ ਖੜ ਜਾਣਗੇ ਲਾਈਟਾਂ ਵਾਲੇ ਪਾਸੇ, ਉਸ ਤੋਂ ਬਾਅਦ ਮੈਚਾਂ ਤੋਂ ਆਪਾਂ ਆਪਣੀ ਕਾਰਵਾਈ ਜਿਹੜੀ ਸਟੇਜ ਦੀ ਚਲਾ ਲਾਂਗੇ। ਇੱਧਰ ਦਾ ਪਾਸਾ ਖਾਲੀ ਕਰ ਦਾਂਗੇ ਕਿਉਂਕਿ ਜਿਹੜੇ ਸੈੱਟ ਆ ਇੱਧਰਲੇ ਪਾਸੇ ਖੜ ਜਾਣਗੇ, ਆਪਣੀਆਂ ਲਾਈਟਾਂ ਦਾ ਪ੍ਰਬੰਧ ਜਿਹੜਾ ਇਸ ਪਾਸੇ ਹੀ ਆ। ਧੱਲੇਕਿਆਂ ਦੀ ਟੀਮ ਜੇਤੂ ਰਹੀ ਹੈ ਮੈਚ ਦੇ ਵਿੱਚੋਂ, ਕਿ ਇੱਧਰਲੇ ਪਾਸੇ ਗਰਾਊਂਡ ਨੂੰ ਖਾਲੀ ਕੀਤਾ ਜਾਵੇ। ਰਾਣਾ ਕਲੱਬ ਦੌਦਰ ਤੇ ਨੱਥੋਕੇ ਦੀਆਂ ਟੀਮਾਂ ਜਲਦੀ ਆਉਣ ਜੀ, ਔਰ ਉਸ ਤੋਂ ਬਾਅਦ ਲੰਡੇ ਵਾਰਸੀ ਜੀ ਮੇਜ਼ਬਾਨ ਖੋਸਾ ਰਣਧੀਰ। ਬੇਨਤੀ ਕਰਦੇ ਹਾਂ ਕਿ ਸਟੇਜ ਦੇ ਸਾਹਮਣੇ ਬਿਲਕੁਲ ਗਰਾਊਂਡ ਆ ਜਿਹੜਾ ਖਾਲੀ ਕੀਤਾ ਜਾਵੇ, ਸਟੇਜ ਦੇ ਸਾਹਮਣੇ ਉਹ ਗਰਾਊਂਡ ਆ ਖਾਲੀ ਕੀਤਾ ਜਾਵੇ ਬਿਲਕੁਲ, ਕਿਉਂਕਿ ਇਧਰਲੇ ਪਾਸੇ ਲਾਈਟਾਂ ਦਾ ਅਰੇਂਜਮੈਂਟ ਆ, ਖਿਡਾਰੀਆਂ ਜਿਹੜੇ ਇਧਰਲੇ ਪਾਸੇ ਆ ਕੇ ਸੈੱਟ ਆਪਦੇ ਲਾ ਲੈਣਗੇ। ਅਸੀਂ
ਧੰਨਵਾਦ ਕਰਦੇ ਹਾਂ ਸੁਖਜੀਤ ਸਿੰਘ ਜੀ ਕਾਕਾ ਲੋਹਗੜ ਔਰ ਉਹਨਾਂ ਦੇ ਨਾਲ ਰਜਿੰਦਰ ਸਿੰਘ ਜੀ ਭੋਲਾ ਔਰ ਤਵਾੜੀ ਜੀ ਪੁੱਜੇ ਹੋਏ ਨੇ ਆਪਾਂ ਇੱਥੇ ਆਉਣ ਤੇ ਜੀ ਆਏ ਆਖਦੇ ਹਾਂ ਕਲੀ ਵਾਲੇ ਵੀਰ ਨੂੰ ਬੇਨਤੀ ਬਿਕਰ ਇੱਧਰ ਕਲੀ ਪਾ ਸਟੇਜ ਦੇ ਬਿਲਕੁਲ ਸਾਹਮਣੇ ਸਰਪੰਚ ਸਾਹਿਬ ਬੇਨਤੀ ਆ ਆਪਾਂ ਸਾਰੇ ਸੱਜਣ ਜੇ ਇੱਥੋਂ ਪਾਸੇ ਹੋਈਏ ਬੇਨਤੀ ਕਰਦੇ ਹਾਂ ਕਿ ਸਾਰੇ ਸੱਜਣ ਜੇ ਇੱਥੋਂ ਆਪਾਂ ਪਾਸੇ ਹੋਈਏ ਤਾਂ ਲਾਈਟਾਂ ਦਾ ਪ੍ਰਬੰਧ ਇੱਧਰਲੇ ਪਾਸੇ ਆਪਣਾ ਇੱਥੇ ਜਿਹੜਾ ਟੂਰਨਾਮੈਂਟ ਦੇ ਜਿਹੜੇ ਰਹਿੰਦੇ ਮੈਚ ਆ ਉਹ ਜਿਹੜੇ ਸੁਚੱਜੇ ਢੰਗ ਨਾਲ ਹੋ ਸਕਣਗੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਕੈਮਰਾਮੈਨਾਂ ਨੂੰ ਕਿ ਥੋੜ੍ਹਾ ਜਿਹਾ ਗਰਾਊਂਡ ਆ ਇੱਥੋਂ ਪਾਸੇ ਵਿਹਲਾ ਕਰ ਦਿੱਤਾ ਜਾਵੇ ਗਰਾਊਂਡ ਜਿਹੜਾ ਖਾਲੀ ਕਰ ਦਿੱਤਾ ਜਾਵੇ ਜੀ ਨਾਲ ਹੀ ਨੱਥੋ ਕੇ ਵਰਸਿਜ ਰਾਣਾ ਕਲੱਬ ਦੌਦਰ ਦੋਨੋਂ ਟੀਮਾਂ ਲਾਈਨ ਅਪ ਜੀ ਆ ਖਿਡਾਰੀਆਂ ਨੂੰ ਬੇਨਤੀ ਕਰਦੇ 70 ਕਿਲੋ ਜਿਹੜਾ ਮੈਚ ਲਾ ਕੇ ਹਟੇ ਆ ਮੇਰੇ ਵੀਰ ਖਿਡਾਰੀ ਗਰਾਊਂਡ ਤੋਂ ਪਾਸੇ ਹੋ ਜਾਓ ਮੇਰੇ ਵੀਰ ਥੋੜ੍ਹਾ ਜਿਹਾ ਦੋਨੋਂ ਟੀਮਾਂ ਲਾਈਨ ਅਪ ਹੋ ਜਾਣ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ ਉਹਨਾਂ ਦੇ ਨਾਲ ਪੁੱਜੇ ਹੋਏ ਰਜਿੰਦਰ ਸਿੰਘ ਜੀ ਭੋਲਾ ਨਾਲ ਤਿਵਾੜੀ ਜੀ ਔਰ ਉਹਨਾਂ ਦੇ ਨਾਲ ਸਾਡੀ ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਗਰਾਊਂਡ ਵਿੱਚ ਜਾਵੇਗੀ ਮੈਂ ਬੇਨਤੀ ਕਰਾਂਗਾ ਪੱਪੀ ਪ੍ਰਧਾਨ ਜੀ ਨੂੰ ਵੀ ਕਿਰਪਾ ਕਰਕੇ ਸਕਾਊਟ ਕਰਕੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਣ ਦੋਨੋਂ ਟੀਮਾਂ ਲਾਈਨ ਅਪ ਜੀ ਔਰ ਵਾਧੂ ਸੱਜਣਾਂ ਨੂੰ ਬੇਨਤੀ ਹੈ ਵੀ ਗਰਾਊਂਡ ਚੋਂ ਬਾਹਰ ਆ ਜਾਣ ਇੱਧਰ ਸੁਖਜੀਤ ਸਿੰਘ ਜੀ ਲੋਹਗੜ ਸਾਹਿਬ ਸਾਡੇ ਅੱਜ ਦੇ ਮੁੱਖ ਮਹਿਮਾਨ ਇਹਨਾਂ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਨ ਦੇ ਲਈ ਗਰਾਊਂਡਾਂ ਵਿੱਚ ਜਾਣਗੇ ਜੀ ਔਰ ਇਸ ਸਮੇਂ ਰੇਪੀ ਸਰਪੰਚ ਜੀ ਉਧਰ ਅਮਰਜੀਤ ਸਿੰਘ ਜੀ ਖੋਸਾ ਸਾਹਿਬ ਸੁਰਜੀਤ ਸਿੰਘ ਜੀ ਖੋਸਾ ਸਾਹਿਬ ਨਾਲ ਹੀ ਸਾਡੇ ਪੱਪੀ ਪ੍ਰਧਾਨ ਜੀ ਸਾਡੇ ਸਾਰੇ ਸਤਿਕਾਰਯੋਗ ਵੀਰ ਜਸਵੀਰ ਸਿੰਘ ਜੀ ਲਾਲੂ ਚਮਕੌਰ ਸਿੰਘ ਜੀ USA ਇਕਬਾਲ ਸਿੰਘ ਜੀ ਜੋ ਮੈਂਬਰ ਪੰਚਾਇਤ ਹੈ ਗੋਪੀ ਕੈਨੇਡਾ ਜੀ ਜਗਤਾਰ ਸਿੰਘ ਜੀ ਭੱਠੇ ਵਾਲੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਇੱਥੇ ਪੁੱਜਣ ਦੇ ਨਾਲ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਲਓ ਇੱਧਰ ਦੋਨੋਂ ਹੀ ਟੀਮਾਂ ਇੱਕ ਪਾਸੇ ਟੀਮ ਜਿਹੜੀ ਨੱਥੋ ਕੇ ਪਿੰਡ ਦੀ ਹੈ ਦੂਸਰੇ ਪਾਸੇ ਟੀਮ ਜਿਹੜੀ ਕਹਿੰਦੇ ਵੀ ਰਾਣਾ ਕਲੱਬ ਦੌਦਰ ਦੀ ਟੀਮ ਹੈ ਦੋਨੋਂ ਟੀਮਾਂ ਨੂੰ ਆਸ਼ੀਰਵਾਦ ਦੇ ਰਹੇ ਨੇ ਸਾਡੇ ਸੁਖਜੀਤ ਸਿੰਘ ਜੀ ਕਾਕਾ ਲੋਹਗੜ ਮੈਂਬਰ SGPC ਉਹਨਾਂ ਦੇ ਨਾਲ ਤਿਵਾੜੀ ਜੀ ਰਜਿੰਦਰ ਜੀ ਰੇਪੀ ਸਰਪੰਚ ਜੀ ਰੇਪੀ ਮੈਂਬਰ ਜੀ ਸਾਡੇ ਪੱਪੀ ਪ੍ਰਧਾਨ ਜੀ ਸਾਰੇ ਹੀ ਸਾਡੇ ਸਤਿਕਾਰਯੋਗ ਸੱਜਣ ਹੈ ਔਰ ਉੱਧਰ ਸਾਡੀਆਂ ਹੋਰ ਵੀ ਮਾਣਯੋਗ ਹਸਤੀਆਂ ਨਾਲ ਹੀ ਸਟੂਡੀਓ ਵਾਲੇ ਵੀਰ ਨੂੰ ਬੇਨਤੀ ਵੀ ਥੋੜ੍ਹੀ ਜਿਹੀ ਕੈਮਰੇ ਦੀ ਤਾਰ ਜਿਹੜੀ ਹਿਲਾ ਲਵੇ ਸਾਡੇ ਦਰਸ਼ਨ ਹੀਰੋ ਜੀ ਨਾਲ ਹੀ ਗੁਰਮੀਤ ਕੈਸ਼ੀਅਰ ਜੀ ਸਾਰੇ ਹੀ ਸਾਡੇ ਸਤਿਕਾਰਯੋਗ ਵੀਰ ਹੈ ਨਾਲ ਹੀ ਸਾਡੇ ਸਤਿਕਾਰਯੋਗ ਸਰਦਾਰ ਗੁਰਸੇਵਕ ਸਿੰਘ ਜੀ ਗੁਰਸੇਵਕ ਸਿੰਘ ਜੀ ਪ੍ਰਧਾਨ ਖੋਸਾ ਕੋਟਲਾ ਵਾਲੇ
100 ਰੁਪਏ ਦੇ ਮਾਨ ਸਨਮਾਨ ਭੇਜਦੇ ਆ ਆਪਾਂ ਧੰਨਵਾਦ ਕਰਦੇ ਹਾਂ ਗੁਰੂ ਸੇਵਕ ਸਿੰਘ ਜੀ ਪ੍ਰਧਾਨ ਖੋਸਾ ਕੋਟਲਾ ਵਾਲੇ 8:30 ਮੂਵ ਸਪਰੇ ਕਿਰਪਾ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿਓ ਮੂਵ ਸਪਰੇ ਸੇਵਕ ਸਿੰਘ ਜੀ ਸਾਡੇ ਵੀਰ ਸੇਵਕ ਸਿੰਘ ਜੀ ਗੁਰਸੇਵਕ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਆ ਵੀ ਸਰਪੰਚ ਸਾਹਿਬ ਕਹਿੰਦੇ ਸਟੇਜ ਤੇ ਬੈਠਣ ਗੁਰਸੇਵਕ ਸਿੰਘ ਜੀ ਪ੍ਰਧਾਨ ਖੋਸਾ ਕੋਟਲਾ ਵਾਲੇ ਲਓ ਇਸ ਸਮੇਂ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਖੇਡਣ ਜਾ ਰਿਹਾ ਹੈ ਠੀਕ ਹੈ ਜੀ ਮੂਵ ਸਪਰੇ ਕਹਿੰਦੇ ਵੀ ਖਤਮ ਹੋ ਗਈ ਹੈ ਕਾਕੜ ਲਓ ਫਾਈਨ ਇਸ ਸਮੇਂ ਦੇਖਦੇ ਵੀ ਫਾਈਨਲ ਮੁਕਾਬਲੇ ਵਰਗਾ ਮੁਕਾਬਲਾ ਹੈ ਵੀ ਨਾਲ ਹੀ ਮੇਰੀ ਬੇਨਤੀ ਹੈ ਖੋਸਾ ਰਣਧੀਰ ਤੇ ਲੰਡਿਆਂ ਦੀ ਟੀਮ ਹੈਲੋ ਚੱਲ ਵੀ ਜਵਾਨਾ ਹਾਂਜੀ ਮੈਚ ਸਟਾਰਟ ਕਰਵਾਓ ਜੀ ਜਲਦੀ ਦੇ ਨਾਲ ਬੇਨਤੀ ਹੈ ਨਾਲ ਹੀ ਖੋਸਾ ਰਣਧੀਰ ਤੇ ਲੰਡਿਆਂ ਦੀਆਂ ਟੀਮਾਂ ਮੇਰੀ ਬੇਨਤੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਚੱਲ ਵੀ ਲਓ ਮੈਚ ਜਿਹੜਾ ਮੇਰੇ ਪੰਜਾਬੀ ਵੀਰੋ ਸਟਾਰਟ ਹੋ ਚੁੱਕਿਆ ਹੈ ਲਓ ਮੈਚ ਸਟਾਰਟ ਹੋ ਚੁੱਕਿਆ ਜਗਮੀਤ ਸਿੰਘ ਦੇਖਦੇ ਵੀ ਨੌਜਵਾਨ ਗਿੱਲ ਪਰਿਵਾਰ ਦਾ ਮਾਣੂ ਕੇ ਗਿੱਲ ਪਿੰਡ ਦਾ ਭੀਮ ਮੇਰੇ ਪੰਜਾਬੀ ਵੀਰੋ ਵੱਧ ਕੇ ਕਬੱਡੀ ਪਾ ਰਿਹਾ ਹੈ ਸ਼ਾਮਾਂ ਢਲ ਚੱਲੀਏ ਆਥਣੇ ਨੀ ਮੇਰੀ ਇਹ ਸਾਥਣੇ ਨੀ ਵਰਕੇ ਜ਼ਿੰਦਗੀ ਦੇ ਚਾਰ ਕੁ ਚਿੱਟੇ ਨੀ ਪਾਜਾ ਰੰਗ ਦੇ ਚਾਰ ਕੁ ਛਿੱਟੇ ਨੀ ਆਥਰੇ ਨੀ ਮੇਰੀ ਇਹ ਸਾਥਰੇ ਨੀ ਅਗਲੀ ਕਬੱਡੀ ਇਸ ਸਮੇਂ ਭੋਲੂ ਚੰਡੀ ਪਿੰਡ ਦਾ ਗੱਲ ਕਰੇਗਾ ਖੋਸੇ ਕੋਟਲੇ ਪਿੰਡ ਦਾ ਅਮਰੀਕ ਸਿੰਘ ਔਰ ਨਾਲ ਹੀ ਆਪਾਂ ਧੰਨਵਾਦ ਕਰਦੇ ਸਾਡੇ ਵੀਰ ਗੋਪੀ ਹੋਣੀ ਰੰਮੂ ਹੋਣੀ ਮੰਨਾ USA ਵਾਲਾ ਸਾਡਾ ਵੀਰ ਪੁੱਜਾ ਹੋਇਆ ਆਪਣੇ ਮਿੱਤਰਾਂ ਦੇ ਨਾਲ ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਭੋਲਾ ਜੰਡੀ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾਉਣਾ ਹੋਇਆ ਖੇਡ ਮੈਦਾਨ ਦੇ ਵਿੱਚ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਲਓ ਬਬਲੀ ਰਾਮੇ ਪਿੰਡ ਦਾ ਦੇਖਦੇ ਵੀ ਨੱਥੋ ਕੇ ਪਿੰਡ ਦੇ ਲਈ ਖੇਡ ਰਿਹਾ ਹੈ ਇਸ ਸਮੇਂ ਕਬੱਡੀ ਪਾਈ ਹੋਈ ਹੈ ਲਓ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਇਧਰ ਸਾਡੇ ਵੀਰ ਮੰਨਾ USA ਜੀ ਕਿਰਪਾ ਕਰਕੇ ਸਟੇਜ ਦੇ ਉੱਪਰ ਪਹੁੰਚ ਜਾਣ ਇਧਰਲੇ ਬੜੇ ਪੁਆਇੰਟ ਜਿਹੜਾ ਬਬਲੀ ਦਾ ਹੈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਜੰਡੀ ਪਿੰਡ ਕਹਿੰਦੇ ਵੀ ਜੀਤੇ ਦਾ ਪਿੰਡ ਹੈ ਕਨੇਡਾ ਦੇ ਕਹਿੰਦੇ ਖੇਡ ਮੈਦਾਨਾਂ ਵਿੱਚ ਤਗੜਾ ਖੇਡਿਆ ਔਰ ਕਾਲੇ ਨੂੰ ਦੁਨੀਆਂ ਜਾਣਦੀ ਹੈ ਇਹ ਸਮੇਂ ਦੇਖਦੇ ਵੀ ਭੋਲੂ ਵਰਗੇ ਪ੍ਰਸਿੱਧ ਹੈ ਇਧਰਲੇ ਬੜੇ ਪੈਂਦੀ ਕਬੱਡੀ ਹੈ ਇੱਕ ਪਾਸੇ ਨੌਜਵਾਨ ਗੱਭਰੂ ਦੇਖਦੇ ਵੀ ਨੱਥੋ ਕੇ ਪਿੰਡ ਦਾ ਤੇ ਪੁਆਇੰਟ ਇਸ ਸਮੇਂ ਰੇਡਰ ਦੇ ਹਿੱਸੇ ਜੁੜਦਾ ਹੈ ਲਓ ਸਾਧੂ ਸੋ ਬਰਾੜ ਮਾਰ ਕਰਦਾ ਆਪਣੇ ਇਸ ਖਿਡਾਰੀ ਤੇ ਜਗਮੀਤ ਸਿੰਘ ਕਹਿੰਦੇ ਵੀ ਭੀਮ ਮਾਣੂ ਕੇ ਗਿੱਲ ਪਿੰਡ ਦਾ ਇੱਕ ਸਹੇਰੀ ਵਾਲਾ ਇੱਕ ਮਹਾਭਾਰਤ ਦਾ ਆਹ ਦੇਖਦੇ ਵੀ ਇਸ ਸਮੇਂ ਮੁੰਡਾ ਕਬੱਡੀ ਦੇ ਵਿੱਚ ਭੀਮ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ ਲੈ ਵੀ ਹਰਜੀ ਗੱਭਰੂ ਆ ਪਾਸੇ ਪੂਰੇ ਬੇਨਤੀ ਕਰਦੇ ਆ ਸਟੇਜ ਦੇ ਸਾਹਮਣੇ ਜਿੰਨੇ ਵੀ ਸੱਜਣ ਖੜੇ ਆ ਸਟੇਜ ਦੇ ਸਾਹਮਣੇ ਸਟੇਜ ਦੇ ਸਾਹਮਣੇ ਜਿੰਨੇ ਵੀ ਸੱਜਣ ਖੜੇ ਆ ਆਪਣੇ ਮਹਿਮਾਨ ਆਏ ਵੇ ਉਹਨਾਂ ਨੇ ਵੀ ਮੈਚ ਦੇਖਣਾ ਕਿਰਪਾ ਕਰਕੇ ਪਾਸੇ ਹੋ ਜਾਓ ਸਟੇਜ ਤੋਂ ਆਪਣੇ ਮਹਿਮਾਨ ਆਏ ਵੇ ਆ ਸੱਦੇ ਵੇ ਉਹਨਾਂ ਨੇ ਮੈਚ ਦੇਖਣ ਖਾਤਰ ਹੀ ਆਏ ਆ ਤੇ ਜੇ ਆਪਾਂ ਸਾਹਮਣੇ ਹੀ ਖੜੇ ਹੋਣਾ ਤੇ ਫਿਰ ਉਹਨਾਂ ਨੂੰ ਬੁਲਾਉਣ ਦਾ ਕੀ ਫਾਇਦਾ ਸੀ ਲਓ ਫਿੱਟੂ ਦਾਉਦਰ ਪਿੰਡ ਦਾ ਇਸ ਸਮੇਂ ਟੱਕਿਆ ਜਾ ਚੁੱਕਿਆ ਹੈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਨੌਜਵਾਨ ਗੱਭਰੂ ਵੇਖਦੇ ਵੀ ਮਾਣੂ ਕੇ ਵਾਲਾ ਭੀਮ ਕਬੱਡੀ ਕਬੱਡੀ ਕਰਦਾ ਹੋਇਆ ਹੈ
ਪੈਂਦੀ ਰੇਡ ਹੈ ਖੇਡ ਮੈਦਾਨ ਦੇ ਅੰਦਰ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਹੱਟ ਕਬੱਡੀ ਯਾਰਾਂ ਦੀ ਕੀ ਸੀ ਬਲਵਿੰਦਰ ਫੇਡਾ ਘੋੜਾ ਲੰਮੀ ਪਾਰੀ ਦਾ ਨਾਲ ਠਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਛਰਦਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਛਰਦਾਰਾਂ ਦੇ ਲਓ ਸਰਦਾਰਾਂ ਦੀ ਖੇਡ ਹੈ ਲਓ ਜੰਡੀ ਵਾਲਾ ਭੋਲੂ ਇਸ ਸਮੇਂ ਕਬੱਡੀ ਪਾ ਰਿਹਾ ਚੱਲ ਵੀ ਪਾ ਵੀ ਕਬੱਡੀ ਇਧਰਲੇ ਬੰਨੇ ਵੇਖਦੇ ਚੰਡੀ ਵਾਲਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਲਓ ਇੱਕ ਕਹਿੰਦੇ ਝੜਿਕ ਵਾਲਾ ਪ੍ਰਸਿੱਧ ਹੈ ਵੀ ਸਿੱਖ ਨੌਜਵਾਨ ਬਬਲੀ ਝੜਿਕ ਦਾ ਕਹਿੰਦੇ ਤੇ ਕਹਾਉਂਦੇ ਧਾ ਵੀ ਆਣਾ ਮਿੱਕਦਾ ਕਹਿੰਦੇ ਜਾਫੀ ਚੰਗਾ ਕੀਤਾ ਕੋਟ ਕਰੋੜ ਦਾ ਲੱਗੇ ਨਾ ਅੰਦਾਜ਼ਾ ਬੁੱਗੀ ਪੁਰੀਏ ਦੇ ਜ਼ੋਰ ਦਾ ਲਓ ਦੇਖਦੇ ਵੀ ਅੱਜ ਆਹ ਗੱਭਰੂ ਦਾ ਜ਼ੋਰ ਪਰਖਿਆ ਜਾਂਦਾ ਹੈ ਖੇਡ ਮੈਦਾਨ ਦੇ ਅੰਦਰ ਪੁਰਾਣੇ ਵਾਲਾ ਪਿੰਡ ਹੈ ਨਿੱਕਾ ਨਾਮ ਹੈ ਪਰਮ ਗਿੱਲ ਜੀ ਦਾ ਪੇਂਡੂ ਹੈ ਪਰ ਇਸ ਸਮੇਂ ਦੇਵ ਦਿਆਲਪੁਰੇ ਪਿੰਡ ਦਾ ਕਹਿੰਦੇ ਵੀ ਦੋ ਵਾਰ ਵਰਲਡ ਕੱਪ ਦੇ ਵਿੱਚ ਰੈਫਰੀਸ਼ਿਪ ਕੀਤੀ ਹੈ ਪੁਆਇੰਟ ਇਸ ਸਮੇਂ ਧਾਵੀ ਦੇ ਹਿੱਸੇ ਹੈ ਨਾਲ ਹੀ ਅਗਲੀ ਕਬੱਡੀ ਨੌਜਵਾਨ ਭੋਲਾ ਕਹਿ ਲਈਏ ਖਿਲਾਰੀਆਂ ਹੋਈਆਂ ਬਾਹਾਂ ਚਾਰਾਂ ਫਿਰਾਂ ਦੀ ਘੁੰਮਦੀ ਹੋਈ ਚੈਨ ਨੌਜਵਾਨ ਕਹਿ ਲਈਏ ਵੱਧ ਕੋਸ਼ਿਸ਼ ਕਰਦਾ ਹੋਇਆ ਇਸ ਵੇਲੇ ਕਹਿ ਲਈਏ ਵੱਜੀ ਹੋਈ ਪ੍ਰੈਸ ਤੇ ਨਾਲ ਹੀ ਨੌਜਵਾਨ ਕਹਿ ਲਈਏ ਭੱਜਣ ਦੀ ਪੂਰੀ ਕੋਸ਼ਿਸ਼ ਕਦੇ ਸੱਜੇ ਕਦੇ ਖੱਬੇ ਨੌਜਵਾਨ ਕਹਿ ਲਈਏ ਲਾ ਤਕੜਾ ਜਫਾ ਬੱਲੇ ਬੱਲੇ ਕਰਵਾਈਏ ਤਾੜੀਆਂ ਮਾਰਦੇ ਉਸ ਨੌਜਵਾਨ ਲਈ ਤਾੜੀਆਂ ਮਾਰਦੇ ਕੁਝ ਜ਼ੋਰਦਾਰ ਅਗਲੀ ਗੱਲ ਮਾਈਕ ਤੇ ਸਾਡਾ ਵੀਰ ਗੱਜਣ ਵਾਲੀ ਹੈ ਬਰਾੜ ਲਓ ਇੱਧਰ ਸਾਡਾ ਵੀਰ ਮੰਨਾ ਯੂ ਐਸ ਏ ਜਨੇਰ ਪਿੰਡ ਹੈ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹੈ ਆਪਾਂ ਧੰਨਵਾਦ ਕਰਦੇ ਕਹਿੰਦੇ ਵੀ ਅਗਲਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੋਵੇਗਾ ਜਨੇਰ ਪਿੰਡ ਦਾ ਖੋਸੇ ਕੋਟਲੇ ਦਾ ਅਮਰੀਕ ਜਿਹੜੀ ਚੀਜ਼ ਕਹੇਗਾ ਆਪਾਂ ਨੂੰ ਉਹ ਮਾਣ ਦੇ ਵਿੱਚ ਦੇਵਾਂਗੇ ਧੰਨਵਾਦ ਹੈ ਇਹੋ ਜਿਹੇ ਸਾਡੇ ਪ੍ਰਵਾਸੀ ਪੰਜਾਬੀ ਭਰਾਵਾਂ ਦੇ ਵੱਡੇ ਧੰਨਵਾਦ ਹੈ ਇਸ ਸਮੇਂ ਪਾਈ ਹੋਈ ਕਬੱਡੀ ਹੈ ਮਾਣੂ ਕੇ ਬੜਾ ਭੀਮ ਦੇਖਦੇ ਵੀ ਨੌਜਵਾਨ ਪਾਉਂਦਾ ਹੋਇਆ ਕਬੱਡੀ ਪਰ ਦੂਸਰੇ ਪਾਸੇ ਵੇਖਦੇ ਵੀ ਪਰਮ ਗਿੱਲ ਦਾ ਪੇਂਡੂ ਹੈ ਨੌਜਵਾਨ ਪੁਰਾਣੇ ਵਾਲੇ ਪਿੰਡ ਦਾ ਨਿੱਕਾ ਉੱਚਲਮਾ ਕਰਦਾ ਨੌਜਵਾਨ ਖਿਡਾਰੀ ਦਾ ਇਸ ਸਮੇਂ ਇੱਕ ਖਾਰੇ ਵਾਲਾ ਪ੍ਰਸਿੱਧ ਹੈ ਇਧਰਲੇ ਬੜੇ ਵੇਖਦੇ ਇੱਕ ਰੱਜੀ ਵਾਲੇ ਦਾ ਪਰ ਇਸ ਸਮੇਂ ਭੀਮ ਪੁਆਇੰਟ ਲੈ ਕੇ ਵਾਪਸ ਹੈ ਮੈਚ ਸਮਾਪਤ ਹੈ ਆਹੋ ਅਗਲਾ ਮੈਚ ਜਿਹੜਾ ਖੋਸਾ ਰਣਧੀਰ ਤੇ ਲੰਡਿਆਂ ਦੀਆਂ ਟੀਮਾਂ ਦਾ ਹੈ ਇਸ ਚੱਲਦੇ ਹੋਏ ਮੈਚ ਦੇ ਵਿੱਚ ਨੱਥੋਕੇ ਦੀ ਟੀਮ ਜੇਤੂ ਰਹੀ ਹੈ ਨੱਥੋਕਿਆਂ ਦੀ ਟੀਮ ਜੇਤੂ ਹੈ ਜੀ ਨਾਲ ਹੀ ਖੋਸਾ ਰਣਧੀਰ ਜਗਤਾਰ ਸਿੰਘ ਦਰਸ਼ਕਾਂ ਨੂੰ ਅਸੀਂ ਫੇਰ ਅਪੀਲ ਕਰਦੇ ਹਾਂ ਨੱਥੋਕਿਆਂ ਦੇ ਅੰਕ ਨੇ ਜੀ 8.5 ਕਿਤਾਬੀਆਂ ਮਾਰ ਕੇ ਖਿਡਾਰੀਆਂ ਦੀ ਹੌਸਲਾ ਵਧਾਈ ਕਿ ਉਹ ਪੈਂਦੀ ਵਪਾਰੀ ਨੱਥੋਕਿਆਂ ਵਾਲੇ ਇਧਰ ਮਾਣੂਕਿਆਂ ਵਾਲੇ ਭੀਮ ਦੇ ਲਈ 100 ਰੁਪਏ ਦਾ ਮਾਣ ਪਿਆਰ ਭੇਜਦੇ ਆ ਤਾਰੀ ਲੈ ਜੀ ਮੇਰਾ ਵੀਰ ਫੜ ਕੇ ਇਧਰ 100 ਰੁਪਿਆ ਮਾਣੂਕੇ ਗਿੱਲਾਂ ਵਾਲੇ ਭੀਮ ਦਾ ਹੈ ਇਸ ਸਮੇਂ ਮੈਚ ਜਿਹੜਾ ਲੰਡੇ ਤੇ ਖੋਸੇ ਰਣਧੀਰ ਦੀਆਂ ਟੀਮਾਂ ਦਾ ਹੈ ਇਹਨਾਂ ਟੀਮਾਂ ਦੇ ਦਰਮਿਆਨ ਮੈਚ ਹੋਵੇਗਾ ਦੋਹੇ ਟੀਮਾਂ ਫੜ ਤਿਆਰੀ ਸੈਂਟਲੈਂਡ ਦੇ ਨੇੜੇ ਪੁੱਜਣ ਖੋਸਾ ਰਣਧੀਰ ਤੇ ਲੰਡਿਆਂ ਦੀਆਂ ਟੀਮਾਂ ਸਾਡੇ ਰਮਨਦੀਪ ਸਿੰਘ ਰਿੰਪੀ ਪੂਰੇ ਖੁਸ਼ ਨੇ ਮਣੀ ਸਾਡਾ ਵੀਰ ਸਿੱਧੂ ਕਹਿ ਲਈਏ ਬੰਨੀਆਂ ਬੰਨੀਆਂ ਬੰਨੀ ਸਿੱਧੂ ਦੀਆਂ ਨਾਲ ਹੀ ਮੂਵ ਸਪਰੇ ਪੁੱਛਦੀ ਕਰ ਦਿਓ ਜੀ ਮੁਕਾਬਲਾ ਸ਼ੁਰੂ ਕਰਵਾ ਦਿਓ ਇੱਕ ਪਾਸੇ ਕਹਿ ਲਈਏ ਖੋਸੇ ਰਣਧੀਰ ਦੀ ਟੀਮ ਹੋਵੇਗੀ ਦੂਸਰੀ ਸਾਈਡ ਟੀਮ ਲੰਡੇ ਕਹਿ ਲਈਏ ਦੁਨੀਆ ਭਰ ਵਿੱਚ ਪ੍ਰਸਿੱਧ ਗਰਾਊਂਡ ਦੇ ਵਿੱਚ ਜਿੰਨੇ ਵੀ ਵਾਧੂ ਸੱਜਣ ਫਿਰਦੇ ਆ ਗਰਾਊਂਡ ਦੇ ਵਿੱਚ ਬੇਨਤੀ ਕਰਦੇ ਆ ਕਿ ਰੈਫਰੀਆਂ ਦੇ ਪੁਆਇੰਟਾਂ ਵਾਲੇ ਤੋਂ ਬਗੈਰ ਜਿਹੜੇ ਮਿੱਤਰ ਆ ਸਾਰੇ ਉਹ ਬਾਹਰ ਆ ਜਾਣ ਪਿੰਡ ਦਾ ਮੈਚ ਆ ਮੁੜ ਕੇ ਕੋਈ ਰੌਲਾ ਨਾ ਪਵੇ ਦਰਸ਼ਕਾਂ ਨੂੰ ਬੇਨਤੀ ਕਿ ਤਾੜੀਆਂ ਨਾਲ ਹੌਸਲਾ ਵਧਾਈ ਕਰਨ ਰੌਲਾ ਪਾਉਣਗੇ ਤਾਂ ਫਿਰ ਨਾਲ ਹੀ ਨਹੀਂ ਸੁਣਨਾ ਬੋਲਦਾ ਨਾਲ ਹੀ ਜਿੰਨੇ ਕਰਨ ਜੱਫੇ ਲਾਵੇਗਾ ਉਸਦੇ ਮਾਮੇ ਜੱਗੇ ਵੱਲੋਂ 200 ਰੁਪਇਆ ਹੋਵੇਗਾ ਹਰੇਕ ਪੁਆਇੰਟ ਤੇ ਦੋਹੇ ਟੀਮਾਂ ਪਾਸੇ ਮੰਨ ਲਓ ਨੌਜਵਾਨੋ
ਮੁਕਾਬਲਾ ਸ਼ੁਰੂ ਕਰਵਾ ਦਈਏ। ਸਪਰੇ ਮੰਗਦਾ ਸਪਰੇ ਆਪਣਾ ਸਾਡਾ ਵੀਰ ਕਰਨ ਬਾ ਘੋਨਾ ਬਾਈ ਗਰਾਊਂਡ ਵਿੱਚ ਪਹੁੰਚੇ ਘੋਨਾ ਬਾਈ ਇਸ ਸਮੇਂ ਮੈਚ ਜਿਹੜਾ ਲੰਡੇ ਵਾਰਸਿਜ ਖੋਸਾ ਰਣਧੀਰ ਦੀਆਂ ਟੀਮਾਂ ਦੇ ਦਰਮਿਆਨ ਕਰਵਾਇਆ ਜਾ ਰਿਹਾ ਹੈ। ਲੰਡੇ ਵਾਰਸਿਜ ਖੋਸਾ ਰਣਧੀਰ ਦੀਆਂ ਟੀਮਾਂ ਅੱਜ ਦੇ ਇਸ ਖੇਡ ਮੇਲੇ ਦਾ ਇਹ ਸੈਕਿੰਡ ਸੈਮੀ ਫਾਈਨਲ ਮੈਚ ਹੈ। ਜਿਹੜੀ ਟੀਮ ਇਹਨਾਂ ਦੇ ਵਿੱਚੋਂ ਜਿੱਤੇਗੀ ਉਹ ਫਾਈਨਲ ਖੇਡੇਗੀ ਨੱਥੋਕਿਆਂ ਦੇ ਨਾਲ। ਜਿਹੜੀ ਟੀਮ ਇਹਨਾਂ ਦੇ ਵਿੱਚੋਂ ਜਿੱਤੇਗੀ ਉਹ ਫਾਈਨਲ ਮੈਚ ਖੇਡੇਗੀ ਨੱਥੋਕਿਆਂ ਦੇ ਨਾਲ। ਦਰਸ਼ਕਾਂ ਦਾ ਕਹਿ ਲਈਏ ਵੱਡਾ ਇੰਟਰਸਟ ਹੈ ਮੁਕਾਬਲਿਆਂ ਦੇ ਵਿੱਚ, ਉਸੇ ਤਰ੍ਹਾਂ ਕਹਿ ਲਈਏ ਭਾਰੀ ਇਕੱਠ ਬਣਿਆ ਹੋਇਆ। ਦੋਹੇ ਟੀਮਾਂ ਮਾਰੋ ਜੀ ਵਿਸਲ ਤੇ ਕਰਵਾਓ ਮੁਕਾਬਲਾ ਸ਼ੁਰੂ। ਇਸ ਵੇਲੇ ਖੋਸਾ ਰਣਧੀਰ ਤੇ ਲੰਡਿਆਂ ਦੇ ਵਿਚਕਾਰ ਕਹਿ ਲਈਏ ਮੁਕਾਬਲਾ ਖੇਡਿਆ ਜਾਵੇਗਾ। ਵੀਰ ਜੀ ਬੇਨਤੀ ਹੈ ਮੈਚ ਜਲਦੀ ਨਾਲ ਸਟਾਰਟ ਕਰਵਾ ਦਿੱਤਾ ਜਾਵੇ ਜੀ, ਮੈਚ ਸਟਾਰਟ ਕਰਵਾਇਆ ਜਾਵੇ ਜਲਦੀ ਦੇ ਨਾਲ। ਮਾਰੋ ਜੀ ਬਿਸਲਾ। ਧੰਨਵਾਦ ਹੈ ਸਾਡੇ ਰੈਫਰੀ ਸਾਹਿਬਾਨਾਂ ਦਾ ਵੀ ਜਿਹਨਾਂ ਨੇ ਵੱਡੀਆਂ ਸੇਵਾਵਾਂ ਦਿੱਤੀਆਂ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ। ਬਿੱਲਾ ਗਾਲਬ ਪਿੰਡ ਦਾ, ਦੇਵ ਦਿਆਲਪੁਰੇ ਦਾ, ਮਤੋਗੇ ਪਿੰਡ ਦਾ ਇਕਬਾਲ ਹੈ, ਸੋਢੀ ਵਾਲੇ ਦਾ ਗੁਰਮੁਖ ਹੈ, ਨਾਲ ਉੱਧਰ ਸਾਡਾ ਵੀ ਲਾਸ਼ਮਨ ਘਾਲੀ ਹੈ, ਨਾਲ ਹੀ ਨਿੱਟ ਉੱਤੇ ਬੈਠੇ ਸਭ ਲੈਂਦੇ ਨੇ ਨਜ਼ਾਰੇ। ਪੰਜਾਬ ਲਾਈਵ ਵਨ ਵਾਲੇ ਨੂੰ ਸ਼ਾਬਾਸ਼ ਇਹ ਕਹਿੰਦੇ ਐਨ ਆਰ ਆਈ ਵੀਰ ਸਾਰੇ। ਹੈਲੋ, ਨਾਲ ਹੀ ਜਿਹੜੇ ਅਗਲੇ ਮੈਚ ਉਹ ਜਲਦੀ ਆਪਾਂ ਬਾਗੇ ਵੀਰ ਸ਼ੁਰੂ ਕਰਵਾਈਏ। ਸਾਢੇ 11 ਤੇ 12 ਜੀ, ਠੀਕ ਹੈ ਜੀ, ਮਿਹਰਬਾਨੀ, ਧੰਨਵਾਦ ਹੈ। ਨਾਲ ਹੀ ਪੁਆਇੰਟਾਂ ਵਾਲੇ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹਨਾਂ ਨੇ ਡਿਊਟੀਆਂ ਸਾਂਭੀਆਂ। ਨਾਲ ਕਲੀ ਵਾਲੇ ਵੀਰਾਂ ਦਾ, ਇੱਧਰ ਸਾਊਂਡ ਸਰਵਿਸ ਵਾਲੇ ਸੱਜਣਾਂ ਦਾ, ਟੈਂਟ ਵਾਲੇ ਵੀਰਾਂ ਦਾ ਵੀ ਵੱਡੇ ਯੋਗਦਾਨ ਹੈ। ਸਾਰੇ ਦਾਨੀ ਸੱਜਣਾਂ ਦਾ ਜਿਨ੍ਹਾਂ ਨੇ 10 ਰੁਪਏ ਤੋਂ ਲੈ ਕੇ ਹਜ਼ਾਰਾਂ ਦੀ ਮਦਦ ਇਸ ਖੇਡ ਮੇਲੇ ਵਿੱਚ ਕੀਤੀ ਹੈ। ਸਾਰੇ ਸਤਿਕਾਰਯੋਗ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਵੀ ਆਉਂਦੇ ਵਰ੍ਹਿਆਂ ਦੇ ਵਿੱਚ ਸਾਨੂੰ ਇਸ ਤੋਂ ਵੀ ਵੱਧ ਕੇ ਤੁਸੀਂ ਮਾਇਆ ਦੇ ਗੱਫੇ ਬਖਸ਼ੋਗੇ। ਇਸ ਸਮੇਂ ਸੈਮੀ ਫਾਈਨਲ ਮੈਚ ਨਾਲ ਹੀ ਇੱਕ ਬੇਨਤੀ ਹੈ ਸਾਡੇ ਸੱਜਣਾਂ ਦੇ ਵੱਲੋਂ ਵੀ ਮੈਚ ਜਿਹੜਾ ਬਿਲਕੁਲ ਨਿਰਪੱਖ ਹੋ ਕੇ ਖੇਡਿਆ ਜਾਵੇ ਔਰ ਕੋਈ ਵੀ ਜਿਹੜਾ ਰੇਡਰ ਪਾਣੀ ਲਾਵੇਗਾ ਉਹ ਉਸ ਰੇਡਰ ਨੂੰ ਜਿਹੜੀ ਕੌਡੀ ਨਹੀਂ ਪਾਉਣ ਦਿੱਤੀ ਜਾਵੇਗੀ। ਨਾਲ ਹੀ ਜਿਹੜਾ ਮੈਚ ਉਹ ਜਲਦੀ ਖੇਡ ਮੈਦਾਨ ਦੇ ਵਿੱਚ ਸ਼ੁਰੂ ਕਰਵਾ ਦਿਓ ਜੀ। ਜਿੰਨੇ ਵੀ ਐਨ ਆਰ ਆਈ ਵੀਰ ਪੁੱਜੇ ਹੋਏ ਨੇ ਸਾਰਿਆਂ ਦਾ ਧੰਨਵਾਦ ਕਰਦੇ, ਜਿੰਨੇ ਵਿਦੇਸ਼ਾਂ ਦੇ ਵਿੱਚ ਬੈਠੇ ਰਹੇ, ਨਾਲ ਹੀ ਜਾਂਟਾ ਜਿੰਨੇ ਵੀ ਜੱਫੇ ਲਾਵੇਗਾ। ਸਰਦਾਰ ਮੰਦਰ ਸਿੰਘ ਜੀ, ਸਾਨੂੰ ਸਰਦਾਰ ਹਜੂਰਾ ਸਿੰਘ ਜੀ ਕਹਿੰਦੇ ਵੀ ਆਪਾਂ ਓਨੇ 100-100 ਰੁਪਈਏ ਦੇਵਾਂਗੇ। ਸਰਦਾਰ ਮੰਦਰ ਸਿੰਘ ਜੀ ਕਹਿੰਦੇ ਵੀ ਜਿੰਨਾ ਵੀ ਜਾਂਟਾ ਜੱਫੇ ਲਾਵੇਗਾ। ਨਾਲ ਜਿੰਨੇ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਆਪ ਸਭ ਦਾ ਧੰਨਵਾਦ ਹੈ। ਕੁਲਜੀਤ ਸਾਡਾ ਵੀਰ ਨਿਊਜ਼ੀਲੈਂਡ ਦੇ ਵਿੱਚ ਬੈਠਾ ਹੈ, ਪਾਲ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ, ਸੋਨੀ ਸਾਡਾ ਵੀਰ ਕੈਨੇਡੀਅਨ ਕਹਿੰਦੇ ਵੀ ਪੁੱਜਾ ਹੋਇਆ ਹੈ, ਨਾਲ ਸਾਡਾ ਵੀਰ ਮੰਨਾ USA ਆਪਣੇ ਮਿੱਤਰਾਂ ਦੇ ਨਾਲ, ਬਾਈ ਗੋਪੀ ਹੋਣੀ, ਸੁਰਿੰਦਰ ਹੈਪੀ ਹੋਣੀ, ਗੋਰੇ ਚੀਮੇ ਹੋਣੀ, ਰਾਮੂ ਹੋਣੀ, ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਨੇ ਵੀ ਵੀਰ ਪੁੱਜੇ ਹੋਏ ਨੇ। ਔਰ ਨਾਲ ਹੀ
ਕੁਲਦੀਪ ਲੰਡੇ ਪਿੰਡ ਤੋਂ ਮਨੀਲਾ ਵਿਖੇ ਮੈਚ ਦੇਖ ਰਹੇ ਆ ਸਿੱਧਾ ਪ੍ਰਸਾਰਨ, ਉਹ ਵੀ ਸਾਡੇ ਨਾਲ ਜੁੜ ਚੁੱਕੇ ਆ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਕੁਲਦੀਪ ਲੰਡੇ ਪਿੰਡ ਤੋਂ ਮਨੀਲਾ ਵਿੱਚ ਇਹ ਮੈਚਾਂ ਨੂੰ ਸਿੱਧਾ ਦੇਖ ਰਹੇ ਨੇ, ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਨਾਲ ਹੀ ਗੁਰਵਿੰਦਰ ਸੋਸੀ ਜੀ ਪਾਪੀ ਪ੍ਰਧਾਨ ਦੇ ਭਾਈ ਸਾਹਿਬ ਆਇਆ, ਉਹਨਾਂ ਵੱਲੋਂ 1000 ਰੁਪਈਆ ਜਿਹੜਾ ਖੋਸਾ ਰਣਧੀਰ ਦੀ ਟੀਮ ਦੇ ਲਈ ਪੁੱਜਾ ਹੋਇਆ ਹੈ, ਆਪਾਂ ਧੰਨਵਾਦ ਕਰਦੇ ਹਾਂ। ਲਓ ਇਧਰਲੇ ਬੰਨੇ ਵੇਖਦੇ ਵੀ ਭਾਈ ਹੀ ਕਬੱਡੀ ਹੈ, ਬਿੱਲਾ ਖਗੜੇ ਪਿੰਡ ਦਾ, ਮਾਰੋ ਦਰਸ਼ਕੋ ਤਾੜੀਆਂ। ਇਧਰਲੇ ਬੰਨੇ ਵੇਖਦੇ ਵੀ ਵੱਡੇ ਮਾਣ ਪਿਆਰ ਬਖਸ਼ੇ ਜਾ ਰਹੇ ਹੈ। ਇਧਰ ਜੀਤੀ ਵੱਲੋਂ ਅਰਸ਼ ਦੇ ਲਈ ਉਪਲੀਆਂ। ਹਾਂਜੀ, ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ੍ਹ ਮੈਂਬਰ SGPC ਅਤੇ ਉਹਨਾਂ ਦੇ ਨਾਲ ਸਟੇਜ 'ਤੇ ਸ਼ਜੋਭਤ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਜੀਤ ਸਿੰਘ ਖੋਸਾ DSP ਸਾਹਿਬ, ਕ੍ਰਿਸ਼ਨਜੀਤ ਕ੍ਰਿਸ਼ਨ ਤਿਵਾੜੀ ਕੋਟ ਹਿੱਸੇ ਖਾਂ, ਅਰਜਿੰਦਰ ਭੁੱਲਾ ਰੰਡਿਆਲਾ ਜੀ, ਹਰਸ਼ਿੰਦਰ ਸਿੰਘ ਕੋਟ ਸਦਰ ਖਾਂ, ਮਨਜੀਤ ਸਿੰਘ ਸਰਪੰਚ ਕੋਟ ਸਦਰ ਖਾਂ, ਗੁਰਜੰਟ ਸਿੰਘ ਗਗੜਾ ਨੰਬਰਦਾਰ, ਗੁਰਸੇਵਕ ਸਿੰਘ ਖੋਸਾ ਬਲਾਕ ਸੰਮਤੀ ਮੈਂਬਰ, ਜਗਤਾਰ ਸਿੰਘ ਮਨਾਵਾ ASI, ਸਰਦਾਰ ਸੁਰਜੀਤ ਸਿੰਘ ਕੋਟ ਹਿੱਸੇ ਖਾਂ। ਅਸੀਂ ਇਹਨਾਂ ਸਾਰਿਆਂ ਨੂੰ ਜੀਓ ਆਇਆਂ ਆਖਦੇ ਹਾਂ, ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਇਆ। ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ੍ਹ ਮੈਂਬਰ SGPC। ਲਓ ਦੇਖਾਂਗੇ ਵੀ ਸਾਹਮਣੇ ਨੌਜਵਾਨ ਬੀਤਾ ਖੋਸਾ ਰਣਧੀਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਦੇ ਸਪੁੱਤਰ ਦੀ ਕਬੱਡੀ ਹੈ। ਪਹਿਲਾਂ ਕਹਿੰਦੇ ਬਾਗੇ ਨੇ ਬੱਲੇ ਬੱਲੇ ਕਰਵਾਈ ਹੈ ਖੋਸਾ ਰਣਧੀਰ ਵਾਲੇ, ਇਕਬਾਲ ਕਾਲੇ ਹੋਣਾਂ ਦੇ ਨਾਲ, ਜੱਗੇ ਹੋਣਾਂ ਦੇ ਨਾਲ, ਕੋਕੇ ਹੋਣਾਂ ਦੇ ਨਾਲ, ਤੇ ਕਹਿੰਦੇ ਵੀ ਕਰਮ ਵੀ ਕੈਨੇਡਾ ਦੇ ਵਿੱਚ ਵਸ ਗਿਆ ਹੈ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਜਾਂਟਾ ਲੰਡੇ ਪਿੰਡ ਦਾ ਕਰਦਾ ਕੋਸ਼ਿਸ਼, ਪਰ ਬਲਜੀਤ ਸਿੰਘ ਬੀਤਾ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਲਓ ਇਧਰਲੇ ਬੰਨੇ ਵੇਖਦੇ ਵੀ ਜਾਂਟੇ ਨੇ ਪੂਰੀ ਕੋਸ਼ਿਸ਼ ਕੀਤੀ ਹੈ, ਦੋਨੋਂ ਗੱਭਰੂ ਕਹਿੰਦੇ ਵੀ ਬੱਦੋਵਾਲ ਦੇ ਖੇਡ ਮੇਲੇ ਦੇ ਨੈਣੂ ਜੇਤੂ ਪਲੇਅਰ ਹੈ, ਪਰ ਇਸ ਸਮੇਂ ਗੱਲ ਕਹਿੰਦੇ ਵੀ ਭਲੂਰ ਪਿੰਡ ਦੇ ਅਰਸ਼ ਦੀ ਹੈ, ਖੇਡ ਮੈਦਾਨ ਦੇ ਅੰਦਰ ਭਲੂਰ ਪਿੰਡ ਦਾ ਅਰਸ਼ ਇਸ ਸਮੇਂ ਕਬੱਡੀ ਪਾ ਰਿਹਾ ਹੈ। ਜਗਤਾਰ ਸਿੰਘ ਜੀ ਵਪਾਰੀ ਇੱਧਰ ਬੀਤੇ ਖੋਸਿਆਂ ਵਾਲੇ ਦੇ ਲਈ 100 ਰੁਪਏ ਦੇ ਮਾਣ ਪਿਆਰ ਭੇਜਦੇ ਹੈ, ਧੰਨਵਾਦ ਕਰਾਂਗੇ ਆਪਾਂ। ਛਿੰਦਾ ਵਾਹ ਨਹੀਂ ਰੀਸਾ, ਇੱਕ ਗਗੜੇ ਵਾਲਾ ਪ੍ਰਸਿੱਧ ਹੈ। ਲਓ ਇਧਰਲੇ ਬੰਨੇ ਵਾਹ ਦਰਸ਼ਕ ਵੀਰੋ, ਮਾਰੋ ਤਾੜੀਆਂ, ਵਜਣ ਤਾੜੀਆਂ ਜਦੋਂ ਵੀ ਜੀਤੀ ਜੱਫਾ ਲਾਉਂਦਾ ਏ। ਵਾਹ, ਪੁਆਇੰਟ ਰੇਡਰ ਦਾ ਹੈ, ਪੁਆਇੰਟ ਰੇਡਰ ਦਾ ਹੈ। ਲਓ ਚਮਕੌਰ ਸਿੰਘ ਜੀ USA, ਬਲਦੇਵ ਸਿੰਘ ਜੀ ਕੈਨੇਡੀਅਨ, ਉਹਨਾਂ ਵੱਲੋਂ 500 ਰੁਪਈਆ ਬੀਤੇ ਦੇ ਲਈ ਬਲਦੇਵ ਸਿੰਘ ਜੀ ਕੈਨੇਡੀਅਨ। ਲਓ ਸਾਹਮਣੇ ਚਮਕੌਰ ਸਿੰਘ ਜੀ USA ਵਾਲੇ, ਉਹ ਵੀ ਮਾਣ ਸਨਮਾਨ ਭੇਜਦੇ ਆ ਚਮਕੌਰ ਸਿੰਘ ਜੀ USA ਵਾਲੇ, ਨਾਲ ਸਾਡਾ ਵੀਰ ਮੰਨਾ USA। ਲਓ ਸਾਹਮਣੇ ਦੇਖਾਂਗੇ ਵੀ ਪੱਪੂ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਲੰਡਿਆਂ ਦਾ ਜਾਂਟਾ, ਕਹਿੰਦੇ ਵੀ ਗੁੱਟ ਦਾ ਪੀਰ ਮੰਨਿਆ ਗਿਆ, ਕਬੱਡੀ ਟੌਪ ਦੀ ਖੇਡੀ ਜਾ ਰਹੀ ਹੈ। ਇੱਕ ਪਾਸੇ ਲੰਡਿਆਂ ਦੀ ਟੀਮ, ਦੂਜੇ ਪਾਸੇ ਪੱਪੂ ਜੋਗੇ ਵਾਲੇ ਪਿੰਡ ਦਾ। ਲਓ ਕਹਿੰਦੇ ਵੀ ਮੱਖਣ ਧਾਲੀਵਾਲ ਦੀ ਟੀਮ ਦਾ ਸਿਰੇ ਦਾ ਪਲੇਅਰ ਹੈ ਪੱਪੂ ਜੋਗੇ ਵਾਲੀਆ, ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਚੱਲ ਵੀ ਜਵਾਨਾ ਪਾ ਵੀ ਕਬੱਡੀ ਸ਼ੇਰਾ, ਵਾਹ ਗੁੰਦਮਾ ਸਰੀਰ ਹੈ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਇਹ ਲਾ ਕੇ ਪੂਰਾ ਤਾਲ ਮਿੱਤਰੋ, ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ। ਵਾਹ, ਇਹ ਕਹਿੰਦੇ ਵੀ ਟਾਂਡੀ ਪਿੰਡ ਦਾ ਫਿੱਡੂ ਹੈ, ਪਰ ਇਸ ਸਮੇਂ ਵੇਖਦੇ ਵੀ ਇਸੇ ਪਿੰਡ ਦਾ ਫਿੱਡੂ। ਨੌਜਵਾਨ ਕੋਸ਼ਿਸ਼ ਕਰਦਾ ਹੈ, ਪਰ ਦਿਆਲਪੁਰੇ ਦਾ ਦੇਵ, ਸੋਢੀ ਵਾਲੇ ਦਾ ਗੁਰਮੁਖ, ਫੈਸਲਾ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ।
ਚੱਲ ਵੀ ਨੌਜਵਾਨਾਂ ਭਾਵੇਂ ਕਬੱਡੀ। ਇਸ ਸਮੇਂ ਬਲਜੀਤ ਸਿੰਘ ਪੀਤਾ ਦੇਖਦੇ ਵੀ ਨੌਜਵਾਨ ਖੋਸੇ ਰਣਧੀਰ ਪਿੰਡ ਦਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ। ਇਸ ਸਮੇਂ ਪਾਈ ਹੋਈ ਕਬੱਡੀ ਨੌਜਵਾਨ ਖੋਸਿਆਂ ਦਾ ਪੀਤਾ ਰੇਡਰ ਪ੍ਰਸਿੱਧ ਹੈ। ਇਸ ਸਮੇਂ ਦੂਸਰੇ ਪਾਸੇ ਵਿੱਕੀ ਲੰਡੇ ਪਿੰਡ ਦਾ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੈ। ਚੱਲ ਵੀ ਭਲੂਰ ਵਾਲਿਆ ਪਾ ਵੀ ਕਬੱਡੀ। ਨਾਲ ਹੀ ਬਲਦੇਵ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ 500 ਰੁਪਈਆ ਬੀਤੇ ਦੇ ਲਈ ਹੈ। ਬਲਦੇਵ ਸਿੰਘ ਜੀ ਕੈਨੇਡਾ ਦੇ ਵਿੱਚ ਬੈਠੇ ਹੋਏ ਨੇ, ਸਾਨਾ ਵੀਰ ਸੋਨੀ ਪੁੱਜਾ ਹੋਇਆ, ਆਪਾਂ ਧੰਨਵਾਦ ਕਰਦੇ ਹਾਂ। ਨਾਲ ਮੰਨਾ USA ਦਾ ਸਾਹਮਣੇ ਦੇਖਦੇ ਵੀ ਨੌਜਵਾਨ ਇਸ ਵੇਲੇ ਅਰਸ਼ਦੀਪ ਸਿੰਘ ਭਲੂਰ ਵਾਲੇ ਵੀ ਪਾਈ ਹੋਈ ਕਬੱਡੀ ਖੋਸਾ ਰਣਧੀਰ ਦੇ ਵਿਹੜੇ ਦੇ ਵਿੱਚ। ਚਾਰ ਜਾਫੀ ਇੱਕ ਪਾਸੇ ਬੋੜਾ ਕਹਿੰਦੇ ਵੀ ਖੋਸਾ ਰਣਧੀਰ ਦੀ ਧਰਤੀ ਦਾ ਲਓ ਸਾਹਮਣੇ ਸ਼ਿੰਦਾ ਨੌਜਵਾਨ ਬਹੁਤ ਸੋਹਣੀ ਕਰਦਾ ਕੋਸ਼ਿਸ਼ ਔਰ ਨਾਲ ਹੀ ਹੈ ਅਰਸ਼ਦੀਪ ਦੇ ਹਿੱਸੇ। ਸਾਡੇ ਬਲਦੇਵ ਸਿੰਘ ਜੀ ਡਾਇਰੈਕਟਰ ਸਾਹਿਬ ਕੈਨੇਡਾ ਦੇ ਵਿੱਚ ਬੈਠੇ ਆ, ਉਹਨਾਂ ਵੱਲੋਂ ਦੋਨਾਂ ਟੀਮਾਂ ਨੂੰ 500-500 ਰੁਪਈਏ ਸਪੈਸ਼ਲ ਨਾਮ ਦਿੱਤਾ ਜਾਂਦਾ ਲੰਡੇ ਤੇ ਖੋਸਾ ਰਣਧੀਰ ਨੂੰ ਸਰਦਾਰ ਬਲਦੇਵ ਸਿੰਘ ਜੀ ਡਾਇਰੈਕਟਰ ਵੱਲੋਂ। ਚੱਲ ਵੀ ਕਿ ਰੱਬ ਵੱਲੋਂ ਬਖਸ਼ੀ ਹੋਈ ਦਾਤ ਹੁੰਦੀ ਏ, ਹਿੰਮਤ ਨਾਲ ਮਿਲਦੀ ਸੁਗਾਤ ਹੁੰਦੀ ਏ, ਜ਼ੋਰ ਤਾਂ ਹਰੇਕ ਪੂਰਾ ਲਾਉਂਦਾ ਮਿੱਤਰੋ ਪਰ ਔਖਾ ਮਿਲੇ ਰੁਤਬਾ ਨਿਰਾਲੀ ਛਾੜਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਖਾਨਦਾਨਾਂ ਦੇ ਨਾਂ ਉੱਚੇ ਹੁੰਦੇ ਹੈ। ਲਓ ਇੱਕ ਪਾਸੇ ਵੇਖਦੇ ਵੀ ਮੁੰਡਾ ਬੀਤਾ ਖੋਸੇ ਰਣਧੀਰ ਪਿੰਡ ਦਾ ਵਾਹ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਅਮਰੀਕ ਸਿੰਘ ਜੀ ਦੁਬਈ ਵਾਲੇ 100 ਰੁਪਈਆ ਭੇਜਦੇ ਬੀਤੇ ਦੇ ਲਈ। ਅਮਰੀਕ ਸਿੰਘ ਜੀ ਦੁਬਈ 100 ਰੁਪਈਆ ਬੀਤੇ ਦੇ ਲਈ ਭੇਜਦੇ ਹੈ, ਆਪਾਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਇਸ ਵੇਲੇ ਅਰਸ਼ਦੀਪ ਸਿੰਘ ਦੀ ਪਾਈ ਹੋਈ ਕਬੱਡੀ ਕਿ ਫਿੱਡੂ ਸਭੇ ਵਾਂਗੂ ਪਾ ਦਿਓ ਕਬੱਡੀਆਂ, ਜਿੱਤਣ ਨਹੀਂ ਦੇਣੇ ਹੋਰ ਮਿੱਤਰੋ। ਔਰ ਸਾਹਮਣੇ ਪਿਆ ਕੱਪ ਕਿਹਨੇ ਚੁੰਮਣਾ, ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਔਰ ਸਾਹਮਣੇ ਪਿਆ ਕੱਪ ਕਿਹਨੇ ਚੱਕਣਾ, ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਇਹ ਤੇ ਸਮੇਂ ਨੇ ਦੱਸਣਾ ਪੱਪੂ ਜੋਗੇ ਵਾਲੇ ਪਿੰਡ ਦਾ, ਕਹਿੰਦੇ ਵੀ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਕਹਿੰਦੇ ਵੀ ਮੀਰੀ ਪੀਰੀ ਅਮਰੀਕਾ ਦੀ ਟੀਮ ਦੇ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਦੇ ਨੌਜਵਾਨ ਇੰਗਲੈਂਡ ਦੇ ਵਿੱਚ ਟੌਪ ਖੇਡਿਆ। ਜੋਗੇ ਵਾਲੇ ਪਿੰਡ ਦਾ ਕਹਿੰਦੇ ਵੀ ਪੱਪੂ ਕਬੱਡੀ ਪਾਉਂਦਾ ਹੋਇਆ, ਕੁਲਵੰਤ ਸਿੰਘ ਕੋਚ ਦਾ ਚੰਡਿਆ ਹੋਇਆ ਚੇਲਾ, ਫਿਰ ਕਹਿੰਦੇ ਵੀ ਮੱਖਣ ਧਾਲੀਵਾਲ ਨੇ ਮਾਨ ਸਨਮਾਨ ਦਿੱਤੇ। ਲਓ ਸਾਹਮਣੇ ਚਾਰ ਜਾਫੀ ਵਿੱਕੀ ਦੇ ਨਾਲ ਹਲਕਾ ਫੁੱਲ ਵਰਗਾ ਟੱਚ ਔਰ ਪੁਆਇੰਟ ਜੋ ਹੈ ਖੋਸਾ ਰਣਧੀਰ ਦੀ ਟੀਮ ਦੇ ਹਿੱਸੇ। ਇਧਰ ਜਗਤਾਰ ਸਿੰਘ ਜੀ ਵਾਰੀ ਆਖਦੇ ਵੀ ਜੇਕਰ ਬੋੜਾ ਉਹਨਾਂ ਦਾ ਫਰਜ਼ਾਦ ਜੱਫਾ ਲਾਵੇਗਾ 100 ਰੁਪਈਆ ਉਹਨਾਂ ਵੱਲੋਂ ਹੋਵੇਗਾ ਜੀ। ਹੈਲੋ ਉਹ ਗਗੜੇ ਵਾਲੋ, ਬੋੜਾ ਜੱਫਾ ਲਾਊ 100 ਰੁਪਈਆ। ਵਾਹ ਜੀ ਵਾਹ, ਇਧਰ ਬਣੇ ਵੇਖਦੇ ਹੈ ਨੌਜਵਾਨ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਹੈ ਖੇਡ ਮੈਦਾਨ ਦੇ ਅੰਦਰ ਕਿ ਬਾਪੂ ਆਖੇ ਖੇਡ ਪੁੱਤਾ ਸ਼ੇਰ ਬਣ ਕੇ ਦਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਅਤੇ ਯਾਰ ਬੇਲੀ ਮਾਣ ਕਰਦੇ ਗੁਣਾ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਤੇ ਲੋਕੋ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੁੰਦਾ। ਚੱਲ ਵੀ ਖੋਸਿਆਂ ਵਾਲਿਆ ਪਾਹੀ ਨੌਜਵਾਨਾਂ ਅਗਲੀ ਕਬੱਡੀ ਬਲਜੀਤ ਸਿੰਘ ਬੀਤੇ ਦੀ ਪਾਈ ਹੋਈ ਕਬੱਡੀ ਤੇ ਹੁਣ ਸਾਹਮਣੇ ਜਿਹੜੇ ਚਾਰ ਜਾਫੀ ਹੈ। ਲਓ ਦੇਖਾਂਗੇ ਵੀ ਇੱਕ ਪਾਸੇ ਬੋੜਾ ਲੰਡਿਆਂ ਦੀ ਧਰਤੀ ਦਾ ਦੋ ਨੰਬਰ ਦੇ ਕਹਿੰਦੇ ਵੀ ਵਿੱਕੀ ਹੈ, ਨਾਲ ਕਹਿੰਦੇ ਵੀ ਜਾਂਟੇ ਨੂੰ ਦੁਨੀਆ ਜਾਣਦੀ ਹੈ। ਲਓ ਸਾਹਮਣੇ ਕਹਿੰਦੇ ਵੀ ਬੀਤੇ ਦੀ ਪਾਈ ਹੋਈ ਕਬੱਡੀ ਤੇ ਸਾਹਮਣੇ ਦੇਖਦੇ ਵੀ ਨੌਜਵਾਨ ਬੀਤਾ ਇਸ ਵੇਲੇ ਕਿਸ ਨੌਜਵਾਨ ਦੇ ਨਾਲ ਹੱਥ ਲਾ ਕੇ ਜਿਹੜਾ ਪੁਆਇੰਟ ਆਪਣੀ ਟੀਮ ਲਈ ਜੋੜੇਗਾ। ਇਹਦੇ ਸਮਾਂ ਦੱਸੂ, ਲਓ ਬੀਤੇ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਦੋ ਸਕੇ ਭਰਾ ਕਹਿੰਦੇ ਵੀ ਪਹਿਲਾਂ ਬਾਗੇ ਨੇ ਬੱਲੇ ਬੱਲੇ ਕਰਵਾਈ, ਇਕਬਾਲ ਕਾਲਾ ਖੇਡਿਆ ਔਰ ਫਿਰ ਕਹਿੰਦੇ ਵੀ ਕੋਕੇ ਵਰਗਿਆਂ ਦੀ ਗੱਲ ਚੱਲੀ। ਲਓ ਸਾਹਮਣੇ ਬੀਤਾ ਚਮਕੌਰ ਸਿੰਘ ਜੀ USA ਬੀਤੇ ਦੇ ਲਈ 100 ਰੁਪਈਆ ਭੇਜਦੇ ਚਮਕੌਰ ਸਿੰਘ ਜੀ USA।
ਕਬੱਡੀ ਖਿਡਾਰੀ ਕੋਕੇ ਦੇ ਭਾਈ ਸਾਹਿਬ ਚਮਕੌਰ ਸਿੰਘ ਯੂ ਐਸ ਏ ਉਹਨਾਂ ਵੱਲੋਂ ਮਾਨ ਸਨਮਾਨ ਬੀਤੇ ਦੇ ਲਈ ਹੈ, ਆਪਾਂ ਧੰਨਵਾਦ ਕਰਦੇ ਹਾਂ। ਬਲਵੀਰ ਦਾ ਭਾਈ ਸਾਹਿਬ ਲਖਵੀਰ ਸਿੰਘ ਜੀ ਕੈਨੇਡਾ ਲੱਖਾਂ ਸਾਡਾ ਵੀਰ ਹੈ, ਉਹਦੇ ਵੱਲੋਂ 100 ਰੁਪਏ ਆਪਾਂ ਧੰਨਵਾਦ ਕਰਦੇ ਹਾਂ। ਬੀਤੇ ਦੇ ਲਈ ਗੁਰਸੇਵਕ ਸਿੰਘ ਜੀ ਪ੍ਰਧਾਨ ਹੈ ਕੋਸੇ ਕੋਟਲੇ ਵਾਲੇ, ਉਹਨਾਂ ਵੱਲੋਂ ਬੀਤੇ ਦੇ ਲਈ। ਨਾਲ ਹੀ ਮਨਦੀਪ ਇੰਗਲੈਂਡ ਉਹਦੇ ਵੱਲੋਂ ਬੀਤੇ ਦੇ ਲਈ 100 ਰੁਪਈਆ। ਜਸਵੀਰ ਬਾਈ ਜਸਵੀਰ ਲਾਲੂ ਵੱਲੋਂ 100 ਰੁਪਈਆ, ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਹੈ, ਆਪਾਂ ਧੰਨਵਾਦ ਕਰਦੇ ਹਾਂ। ਬਾਈ ਜਸਵੀਰ ਸਿੰਘ ਜੀ ਲਾਲੂ ਵਾੜਤੀਆ ਸਾਹਿਬ 100 ਰੁਪਏ ਦੇ ਮਾਨ ਸਨਮਾਨ ਭੇਜਦੇ ਆ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ, ਆਪਾਂ ਧੰਨਵਾਦ ਕਰਦੇ ਹਾਂ। ਸਿੰਘ ਜੀ ਯੂਐਸਏ ਵਾਲੇ ਇਧਰ 200 ਰੁਪਏ ਦੇ ਮਾਨ ਪਿਆਰ ਬੀਤੇ ਲਈ ਹੈ, ਲਓ ਪੈਂਦੀ ਹੋਈ ਕਬੱਡੀ ਹੈ। ਵਾਹ ਪੱਪੂ ਇਸ ਸਮੇਂ ਬਣਦਾ ਕੰਧ, ਵਾਹ ਵਿੱਕੀ ਪੱਪੀ ਪ੍ਰਧਾਨ ਦੇ ਭਾਈ ਸਾਹਿਬ ਸੋਸੀ ਜੀ ਉਹਨਾਂ ਵੱਲੋਂ 100 ਰੁਪਈਆ ਬੀਤੇ ਦੇ ਲਈ ਹੈ, ਆਪਾਂ ਧੰਨਵਾਦ ਕਰਦੇ ਹਾਂ। ਨਾਲ ਹੀ ਮਾਨ ਸਨਮਾਨ ਦਿੱਤੇ ਜਾਣਗੇ ਜੇਕਰ ਫਿੱਡੂ ਜਾਫਾ ਲਾਵੇਗਾ, 100 ਰੁਪਈਆ ਚਮਕੌਰ ਯੂ ਐਸ ਏ, 100 ਰੁਪਈਆ ਬਾਈ ਇਕਬਾਲ ਰੈਂਪੀ ਮੈਂਬਰ, 100 ਰੁਪਈਆ ਮੰਨਾ ਯੂ ਐਸ ਏ, ਜੇਕਰ ਫਿੱਡੂ ਜਾਫਾ ਲਾਵੇਗਾ 100 ਰੁਪਈਆ ਮੰਨਾ ਯੂ ਐਸ ਏ, 100 ਰੁਪਈਆ ਇਕਬਾਲ ਰੈਂਪੀ ਮੈਂਬਰ ਪੰਚਾਇਤ, 100 ਰੁਪਈਆ ਸਾਡੇ ਚਮਕੌਰ ਸਿੰਘ ਜੀ ਯੂ ਐਸ ਏ, 100 ਅਮਰੀਕ ਸਿੰਘ ਦੁਬਈ ਜੇ ਫਿੱਡੂ ਜਾਫਾ ਲਾਵੇਗਾ। ਲਓ ਸਾਹਮਣੇ ਦੇਖਾਂਗੇ ਵੀ ਨੌਜਵਾਨ ਇਸ ਵੇਲੇ ਅਰਸ਼ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਕੀ ਮੰਗਾ ਮਿੱਠਾ ਪੁਰੀਆ ਤੂਤਾਂ ਦਾ ਗੁਰਜੀਤ ਬਈ, ਦੇਖ ਕੇ ਦੇਤੇ ਆਉਂਦਾ ਬਾਜੇ ਦਾ ਹਰਜੀਤ ਬਈ, ਬਿੱਟੂ ਦੁਗਾਲ ਤੇ ਮੰਗੀ ਬਾਨਾ ਏ ਔਖਾ ਏ, ਬਾਜੀ ਜਣਦੇ ਵਾਂਗੂ ਛਾਤੀ ਨੂੰ ਤਾਨਾ ਏ ਔਖਾ ਏ, ਲੰਘੇ ਆਣੀਆਂ ਯੋਧਿਆ ਇਹ ਗੱਲਾਂ ਘੰਮਦੀਆਂ, ਤੇ ਕਰਮਾਂ ਵਾਲੀਆਂ ਮਾਵਾਂ ਇਹੋ ਜੇ ਪੁੱਤਰ ਜੰਮਦੀਆਂ, ਕਰਮਾਂ ਵਾਲੀਆਂ ਮਾਵਾਂ ਇਹੋ ਜੇ ਪੁੱਤਰ ਜੰਮਦੀਆਂ। ਦੇਖਦੇ ਹਾਂ ਵੀ ਛੀਣੀਆਂ ਦੇ ਬੱਬਰ ਸ਼ੇਰ ਹੈ, ਪੰਜਾਬੀਆਂ ਦੀ ਜਿੱਦ ਜਾਣ ਖੇਡ ਕਬੱਡੀ ਦਾ ਮੁਕਾਬਲਾ ਹੈ। ਉਧਰ ਸਰੀ ਗਿੱਲ ਜੀ, ਸੁੱਖਾ ਚਹਿਲਦਾਰ ਜੀ, ਕਬੱਡੀ ਮੇਰੀ ਜਿੱਦ ਜਾਣ ਪੇਜ ਵਾਲੇ ਉਹ ਵੀ ਇਹਨਾਂ ਮੈਚਾਂ ਨੂੰ ਕਵਰ ਕਰ ਰਹੇ ਹੈ। ਉਧਰ ਧੰਨਵਾਦ ਹੈ ਪੰਜਾਬ ਲਾਈਵ 1.com ਦਾ, ਨਾਲ ਹੀ ਡਵ ਡਿਜੀਟਲ ਸਟੂਡੀਓ ਘਾਲ ਕਲਾਂ ਦਾ। ਲਓ ਮੈਚ ਸਮਾਪਤ ਹੈ। ਇਧਰ ਮਨਦੀਪ ਇੰਗਲੈਂਡ ਜੀ ਸਾਡੇ ਵੀਰ ਬੀਤੇ ਲਈ 100 ਦਾ ਮਾਨ ਪਿਆਰ ਭੇਜਦੇ ਹੈ। ਚਮਕੌਰ ਯੂ ਐਸ ਏ ਜੀ ਕੋਕੇ ਦੇ ਵੀਰ ਨੇ 100 ਰੁਪਇਆ ਉਹਨਾਂ ਵੱਲੋਂ ਹੈ। ਇਸੇ ਦੌਰਾਨ ਹੀ ਅਸੀਂ ਬੇਨਤੀ ਕਰਾਂਗੇ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਹਗੜ ਮੈਂਬਰ ਐਸ ਜੀ ਪੀ ਸੀ, ਉਹ ਚੰਦ ਸ਼ਬਦ ਆ ਜਿਹੜੇ ਸਾਡੇ ਨਾਲ ਸਾਂਝੇ ਕਰਨਗੇ। ਸਰਦਾਰ ਸੁਖਜੀਤ ਸਿੰਘ ਜੀ ਕਾਕਾ ਖੋਸਾ ਰਣਧੀਰ ਜਿੱਤ ਗਿਆ ਜੀ। ਬਾਬਾ ਰਣਧੀਰ ਸਿੰਘ ਸਪੋਰਟਸ ਕਲੱਬ ਵੱਲੋਂ ਕਰਾਏ ਜਾ ਰਹੇ ਸਾਲਾਨਾ ਟੂਰਨਾਮੈਂਟ ਦੇ ਸੰਬੰਧ ਵਿੱਚ ਇੱਥੋਂ ਦੇ ਸਰਦਾਰ ਸੁਰਜੀਤ ਸਿੰਘ ਜੀ ਡਿਪਟੀ ਸਾਹਿਬ, ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਕੋਟ ਸਦਰ ਖਾਂ, ਸਰਦਾਰ ਰਮਨਦੀਪ ਸਿੰਘ ਜੀ ਸਰਪੰਚ ਅਤੇ ਪੰਚਾਇਤ ਅਤੇ ਕਲੱਬ ਦੇ ਪ੍ਰਧਾਨ ਅਤੇ ਸਾਰੇ ਅਹੁਦੇਦਾਰ, ਇੱਥੋਂ ਦੀ ਸਮੂਹ ਪੰਚਾਇਤ ਅਤੇ ਮੇਰੇ ਖਿਡਾ ਦਰਸ਼ਕ ਵੀਰ ਅਤੇ ਖਿਡਾਰੀ ਵੀਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਕਲੱਬ ਦਾ ਬਹੁਤ ਵੱਡਾ ਉਪਰਾਲਾ ਹੈ, ਜਿਹੜੇ ਹਰ ਸਾਲ ਇਹ ਟੂਰਨਾਮੈਂਟ ਸਾਲਾਨਾ ਕਰਾਉਂਦੇ ਆ। ਅੱਜ ਇਹਨਾਂ ਖੇਡਾਂ ਦੀ ਜਿਹੜੀ ਆ ਮੁੱਖ ਲੋੜ ਆ, ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ
ਅੱਜ ਉਹ ਨਸ਼ਿਆਂ ਵੱਲ ਤੁਰੀ ਜਾਂਦੀ ਆ। ਨਸ਼ਿਆਂ ਨੂੰ ਠੱਲ ਪਾਉਣ ਲਈ ਇੱਕੋ ਇੱਕ ਹੀ ਤਰੀਕਾ, ਜਿਹੜਾ ਕੋਈ ਬੱਚਾ ਖੇਡਾਂ ਵਾਲੀ ਰੁਚੀ ਰੱਖਣ ਲੱਗ ਜਾਂਦਾ, ਖੇਡਾਂ ਖੇਡਣ ਲੱਗ ਜਾਂਦਾ, ਚਾਹੇ ਕੋਈ ਵੀ ਖੇਡ ਆ, ਉਹ ਨਸ਼ੇ ਤੋਂ ਰਹਿਤ ਹੋ ਜਾਂਦਾ। ਮੈਂ ਇਸ ਕਲੱਬ ਨੂੰ ਲੱਖ ਲੱਖ ਵਧਾਈ ਦਿੰਦਾ। ਇਹ ਜਿਹੜਾ ਟੂਰਨਾਮੈਂਟ ਆ ਅਗਲੇ ਸਾਲ ਵੀ ਜਿਹੜਾ ਇਦੋਂ ਬਾਅਦ ਚੜ ਕੇ ਕਰਾਉਣ, ਅਤੇ ਮੈਂ ਆਪਣੇ ਵੱਲੋਂ ਵੀ ਇਹਨਾਂ ਦੀ ਹੌਸਲਾ ਅਫਜਾਈ ਕਰਦਾ। ਇਹਨਾਂ ਨੂੰ 5100 ਰੁਪਈਆ ਜਿਹੜਾ ਇਹਨਾਂ ਨੂੰ ਦਿੰਦਾ ਹੈਗਾ, ਅਤੇ ਉਹ ਕਲੱਬ ਦੇ ਜਿਹੜੇ ਪ੍ਰਧਾਨ ਉਹ ਆ ਕੇ ਲੈ ਲੈਣ। ਅਤੇ ਫਿਰ ਮੈਂ ਇਹ ਕਲੱਬ ਨੂੰ ਕਹਿੰਦਾ ਵੀ ਇਹ ਜਿਹੜਾ ਹਰ ਸਾਲ ਇਦੋਂ ਵੀ ਵੱਧ ਚੜ ਕੇ ਕਰਾਉਣ, ਅਤੇ ਨਾਲ ਹੀ ਜੇਤੂ ਖਿਡਾਰੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਦਾ। ਇਧਰ ਫਾਈਨਲ ਮੈਚ ਜਿਹੜਾ ਖੇਡਿਆ ਜਾਣਾ ਨੱਥੋ ਕੇ ਵਾਰਸ। ਹੈਲੋ, ਇੱਕ ਮਿੰਟ ਵੀਰ ਜੀ, ਇੱਕ ਮਿੰਟ। ਜਿਹੜਾ ਹੁਣ ਸ਼ੇਰੇ ਨੂੰ ਸਨਮਾਨਿਤ ਕੀਤਾ ਜਾਊਗਾ, ਸ਼ੇਰਾ ਖੋਸਾ ਕੋਟਲਾ, ਉਸ ਤੋਂ ਬਾਅਦ 70 ਕਿਲੋ ਦੇ ਜਿਹੜੇ ਫਸਟ ਤੇ ਸੈਕਿੰਡ ਪ੍ਰਾਈਜ਼ ਆ ਉਹ ਦਿੱਤੇ ਜਾਣਗੇ। ਸ਼ੇਰੇ ਨੂੰ ਸਨਮਾਨਿਤ ਕੀਤਾ ਜਾਊਗਾ, 70 ਕਿਲੋ ਦੇ ਫਸਟ ਤੇ ਸੈਕਿੰਡ ਜਿਹੜੇ ਇਨਾਮ ਉਹ ਵੀ ਇਸ ਦੇ ਨਾਲ ਹੀ ਦਿੱਤੇ ਜਾਣਗੇ। ਇੱਧਰ ਅਰਜੁਮਰੀਆਣੇ ਦੇ ਲਈ ਸੋਨੀ ਕਨੇਡਾ ਜੀ ਬਾਈ ਬਹੁਤ ਸਾਰਾ ਮਾਣ ਪਿਆਰ ਭੇਜਦੇ ਆ, 300 ਰੁਪਏ ਦਾ 70 ਕਿਲੋ ਫਸਟ ਪ੍ਰਾਈਜ਼ ਆ। 70 ਕਿਲੋ ਫਸਟ ਪ੍ਰਾਈਜ਼ ਆ ਜਾਵੇ ਟੀਮ। ਅਰਸ਼ ਭਲੂਰ ਲੰਡਿਆਂ ਵੱਲੋਂ ਜੋ ਖੇਡੇ ਸੀਗੇ ਉਹਨਾਂ ਨੂੰ ਸਰਦਾਰ ਸੁਖਮੰਦਰ ਸਿੰਘ ਵੱਲੋਂ 200 ਰੁਪਈਆ ਸਪੈਸ਼ਲ ਇਨਾਮ ਦਿੱਤਾ ਗਿਆ। ਅਰਸ਼ ਭਲੂਰ ਲੰਡਿਆਂ ਦੀ ਟੀਮ ਦਾ ਮੈਂਬਰ, ਉਹ ਸਾਡੇ ਕੋਲੋਂ ਸਟੇਜ ਤੋਂ ਆ ਕੇ 200 ਰੁਪਈਆ ਲੈ ਜਾਵੇ। ਸਰਦਾਰ ਮੰਦਰ ਸਿੰਘ ਵੱਲੋਂ 200 ਰੁਪਈਆ ਉਹਨੂੰ ਸਪੈਸ਼ਲ ਇਨਾਮ ਦਿੱਤਾ ਗਿਆ। ਸਾਡੇ ਵੀਰ ਫਿੱਡੂ ਦਾ ਮਾਨ ਸਨਮਾਨ ਕੀਤਾ ਹੈ, ਗੁਰਪ੍ਰੀਤ ਸਿੰਘ ਜੀ ਮਾਨ, ਜਗਪ੍ਰੀਤ ਸਿੰਘ ਜੀ, ਸੁਰਜੀਤ ਸਿੰਘ ਜੀ, ਸਾਰਾ ਮਾਨ ਸਨਮਾਨ ਦਿੱਤਾ ਜਾ ਰਿਹਾ ਫਿੱਡੂ ਦੇ ਲਈ। ਦਰਸ਼ਨ ਸਿੰਘ ਜੀ, ਵੱਡੇ ਵੀਰ ਨੋਟ ਕਰ ਲਓ ਤੁਸੀਂ, ਗੁਰਪ੍ਰੀਤ ਸਿੰਘ ਜੀ ਮਾਨ, ਜਗਪ੍ਰੀਤ ਸਿੰਘ ਜੀ, ਸੁਰਜੀਤ ਸਿੰਘ ਜੀ, ਸਾਰਾ ਉਹਨਾਂ ਵੱਲੋਂ ਫਿੱਡੂ ਦੇ ਲਈ 21,000 ਰੁਪਏ ਦੇ ਜਿਹੜੇ ਵੱਡੇ ਹੌਸਲੇ ਦਿੱਤੇ ਜਾ ਰਹੇ ਨੇ।
ਮੁਬਾਰਕਬਾਦ ਹੈ ਜਗਦੇਵ ਸਿੰਘ ਜੀ ਕੋਚ ਹੋਣਿਆਂ ਨੂੰ ਕਿ ਅੱਜ ਉਹਨਾਂ ਦੇ ਲਾਇਕ ਸਪੁੱਤਰ ਦਾ ਮਾਨ ਸਨਮਾਨ ਕੀਤਾ ਗਿਆ ਹੈ। ਨਿਤ ਨਿਤ ਨਹੀਂ ਮਾਵਾਂ ਇਹੋ ਜਿਹੇ ਪੁੱਤ ਜੰਮਦੀਆਂ, ਖੁਸਾ ਰਣਧੀਰ ਦੇ ਬੀਤੇ ਵਰਗੇ, ਫਿੱਡੂ ਵਰਗੇ, ਸ਼ਿੰਦੇ ਵਰਗੇ, ਬੋੜੇ ਵਰਗੇ ਟੌਪ ਦੇ ਪਲੇਅਰ ਹੈ। ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਅੱਜ ਹਰਦੀਪ ਸਿੰਘ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ, ਲੋਕੀ ਪਿਆਰ ਨਾਲ ਫਿੱਡੂ ਆਖਦੇ ਹੈ। ਜਗਦੇਵ ਸਿੰਘ ਕੋਚ ਦੇ ਸਪੁੱਤਰ ਦਾ ਮਾਨ ਸਨਮਾਨ ਕੀਤਾ ਜਾ ਰਿਹਾ। ਸ਼ਿੰਦਾ ਸ਼ਿੰਦਾ ਕਬੱਡੀ ਖਿਡਾਰੀ ਖੋਸਾ ਰਣਧੀਰ ਦਾ ਆਵੇ ਫਟਾਫਟ। ਸ਼ਿੰਦਾ ਸ਼ਿੰਦਾ ਵੀਰ ਮੇਰਾ ਫਟਾਫਟ ਇੱਥੇ ਆ ਜਾਏ ਗਰਾਊਂਡ ਦੇ ਵਿੱਚ। ਸ਼ਿੰਦਾ ਖੋਸਾ ਰਣਧੀਰ ਟੀਮ ਦਾ ਮੈਂਬਰ ਆ ਸ਼ਿੰਦਾ, ਉਹ ਫਟਾਫਟ ਇੱਥੇ ਗਰਾਊਂਡ ਦੇ ਵਿੱਚ ਆ ਜਾਏ ਮੇਰਾ ਵੀਰ। ਅਮਨ ਸਿੰਧੂ ਤੇ ਸ਼ਿੰਦਾ ਦੋਨੇ ਵੀਰ ਇੱਥੇ ਆ ਜਾਣ, ਅਮਨ ਸਿੰਧੂ ਤੇ ਸ਼ਿੰਦਾ। ਗੁਰਮੇਲ ਸਿੰਘ, ਗੁਰਮੇਲ ਸਿੰਘ ਜਿੱਥੇ ਵੀ ਹੋਣ ਇੱਥੇ ਆ ਜਾਣ। ਗੁਰਮੇਲ ਸਿੰਘ ਜੀ, ਗੁਰਮੇਲ ਸਿੰਘ ਜੀ ਜਿੱਥੇ ਵੀ ਹੋਣ ਇੱਥੇ ਆਉਣ। ਸ਼ਿੰਦੇ ਵੀਰ ਨੂੰ ਬੇਨਤੀ ਆ, ਸ਼ਿੰਦਾ ਸ਼ਿੰਦਾ ਕਿੱਥੇ ਆ ਵੀ? ਸ਼ਿੰਦੇ ਵੱਲੋਂ ਜੱਸੂ ਮੇਰਾ ਵੀਰ ਟਰਾਫੀ ਲੈ ਰਿਹਾ, ਸ਼ਿੰਦੇ ਨੂੰ ਦਿੱਤੀ ਜਾਊਗੀ। ਉਹ ਸ਼ਿੰਦਾ ਤਾਂ ਕਿਤੇ ਦੂਰ ਆ, ਆਰਾਮ ਕਰਦੇ ਆ। ਫਾਈਨਲ ਮੈਚ ਦੋਨਾਂ ਟੀਮਾਂ ਨੂੰ ਬੇਨਤੀ ਆ, ਫਾਈਨਲ ਮੈਚ ਪ੍ਰਧਾਨ ਨੋਨੀ ਇਸ਼ਤਿਹਾਰ ਜਿਹਦੇ ਕੋਲੇ ਵੀ ਆਪਣੇ ਪਿੰਡ ਦੇ ਇਸ਼ਤਿਹਾਰ, ਇਸ਼ਤਿਹਾਰ ਇੱਥੇ ਦੇ ਜਾਓ ਮੇਰੇ ਵੀਰ ਜਿਹੜੇ ਸੱਜਣ ਕੋਲੇ ਆ।
ਜਿਹੜੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਹੈ ਸਾਡੇ ਸਮੁੱਚੇ ਕਲੱਬ ਵੱਲੋਂ ਆਦਰ ਸਤਿਕਾਰ ਜਿਹੜੇ ਬਖਸ਼ੇ ਜਾ ਰਹੇ ਹੈ ਦਰਸ਼ਨ ਸਿੰਘ ਜੀ ਅਮਨ ਉਮਰੀ ਵਾਲਾ ਕਬੱਡੀ ਖਿਡਾਰੀ ਇਸ ਵੀਰ ਨੂੰ ਜਿਹੜੇ ਮਾਣ ਸਨਮਾਨ ਦਿੱਤੇ ਜਾ ਰਹੇ ਹੈ ਅਮਨ ਉਮਰੀ ਵਾਲਾ ਕਬੱਡੀ ਖਿਡਾਰੀ ਅਸੀਂ ਬੇਨਤੀ ਕਰਦੇ ਹਾਂ ਹੈਲੋ 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 ਸਾਡੇ ਬਹੁਤ ਹੀ ਅਜੀਜ਼ ਸੁਖਜਿੰਦਰ ਸਿੰਘ ਜੀ ਜਨਰਲ ਸਕੱਤਰ ਬੀ ਕੇ ਯੂ ਸਰਦਾਰ ਗੁਰਮੇਲ ਸਿੰਘ ਜੀ ਇਹਨਾਂ ਦੇ ਪਰਿਵਾਰ ਵੱਲੋਂ 41,000 ਰੁਪਈਏ ਦਾ ਜਿਹੜਾ ਸਾਨੂੰ ਵਿੱਤੀ ਸਹਾਇਤਾ ਦਿੱਤੀ ਗਈ ਆ ਉਹਨਾਂ ਨੂੰ ਸਨਮਾਨ ਚਿੰਨ ਦਿੰਦੇ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਵੀਰ ਸੋਨੀ ਕੈਨੇਡਾ ਬੜੇ ਮਾਣ ਕਰਦਾ 300 ਰੁਪਏ ਦੇ ਬੋਲਾਂ ਤੋਂ ਵੀ ਆਪਾਂ ਧੰਨਵਾਦ ਕਰਦੇ ਹਾਂ ਸੋਨੀ ਕੈਨੇਡਾ ਜੀ ਸਾਡੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੀ ਪੱਪੀ 21,000 ਰੁਪਈਏ ਦਾ ਇਹਨਾਂ ਨੇ ਯੋਗਦਾਨ ਪਾਇਆ ਇਹਨਾਂ ਨੂੰ ਸਨਮਾਨ ਚਿੰਨ ਦੇਣਗੇ ਹੈਰੀ ਹੈਰੀ ਵੀਰ ਰਮਨਦੀਪ ਸਿੰਘ ਜੀ ਰੈਂਪੀ ਸਰਪੰਚ 15,000 ਰੁਪਈਏ ਦਾ ਯੋਗਦਾਨ ਇਹਨਾਂ ਨੇ ਦਿੱਤਾ ਇਹਨਾਂ ਨੂੰ ਸਨਮਾਨ ਚਿੰਨ ਦਿੱਤਾ ਜਾਵੇਗਾ ਜਸਵਿੰਦਰ ਸਿੰਘ ਜੀ ਰੈਂਕਾ ਕੈਨੇਡੀਅਨ ਜਸਵਿੰਦਰ ਸਿੰਘ ਜੀ ਰੈਂਕਾ ਕੈਨੇਡੀਅਨ ਉਹਨਾਂ ਦੇ ਬਹਾਵ ਤੇ ਸਨਮਾਨ ਚਿੰਨ ਜਸਵਿੰਦਰ ਸਿੰਘ ਜੀ ਰੈਂਕਾ ਕੈਨੇਡੀਅਨ ਉਹਨਾਂ ਦੇ ਬਹਾਵ ਤੇ ਸਨਮਾਨ ਚਿੰਨ ਦਿੱਤਾ ਜਾਵੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਨੂੰ ਬੇਨਤੀ ਆ ਹੈਲੋ ਹਾਂ ਵੀਰੇ ਇੱਕ ਮਿੰਟ ਅਮਰਜੀਤ ਸਿੰਘ ਕੈਨੇਡੀਅਨ ਮਨਜੀਤ ਸਿੰਘ ਸਪੇਨ ਸੁਖਮੰਦਰ ਸਿੰਘ ਦੁਬਈ ਮਨਜੀਤ ਸਿੰਘ ਸਪੇਨ ਸੁਖਮੰਦਰ ਸਿੰਘ ਦੁਬਈ ਜਸਵਿੰਦਰ ਸਿੰਘ ਰਿੰਕਾ ਦਾ ਸਨਮਾਨ ਚਿੰਨ ਲੈ ਰਹੇ ਨੇ ਵੀਰ ਗਾਂਧੀ ਅਮਰਜੀਤ ਸਿੰਘ ਕੈਨੇਡੀਅਨ ਅਮਰਜੀਤ ਸਿੰਘ ਕੈਨੇਡੀਅਨ ਜਸਵੀਰ ਸਿੰਘ ਜੀ ਪੱਪੂ ਮੈਂਬਰ ਇੱਥੇ ਹੈਗੇ ਤਾਂ ਹੁਣ ਸਾਡੇ ਕੋਲੇ ਜਸਵੀਰ ਸਿੰਘ ਜੀ ਪੱਪੂ ਮੈਂਬਰ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਫਾਈਨਲ ਦੀਆਂ ਟੀਮਾਂ ਕਮਲਜੀਤ ਸਿੰਘ ਕਾਬਲ ਸਿੰਘ ਕਮਲਜੀਤ ਨਾਲ ਕਾਬਲ ਸਿੰਘ ਇਹਨਾਂ ਦਾ ਵੱਲੋਂ 11,000 ਰੁਪਏ ਦੀ ਵਿੱਤੀ ਸਹਾਇਤਾ ਆਈ ਆ ਉਹਨਾਂ ਨੂੰ ਵੀ ਸੱਦਿਆ ਜਾਂਦਾ ਸਾਡੇ ਕਈ ਵੀਰ ਜਾਲ ਖਿੱਚੀ ਜਾਂਦੇ ਆ ਸਾਡੇ ਵੀਰ ਪੁਲਿਸ ਵਾਲੇ ਆਉਂਦੇ ਆ ਜਾਲ ਖਿੱਚੀ ਜਾਂਦੇ ਆ ਕਈ ਬੇਨਤੀ ਆ ਵੀ ਉਹ ਅਜਿਹਾ ਨਾ ਕਰਨ ਹੱਥ ਬੰਨ ਕੇ ਬੇਨਤੀ ਆ ਮੁਲਾਜ਼ਮ ਵੀਰ ਕਹਿੰਦੇ ਵੀ ਅਸੀਂ ਚੱਕ ਕੇ ਥਾਣੇ ਲੈ ਜਾਣਾ ਤੇ ਸਾਰੀ ਰਾਤ ਇੱਕ ਪਾਸਾ ਹੀ ਕੁੱਟੀ ਜਾਣਾ ਫੇਰ ਨਾ ਕਿ ਉਹ ਦੱਸਿਆ ਨੀ ਹਰਮੇਲ ਸਿੰਘ ਨਿਊਜ਼ੀਲੈਂਡ ਕਰਨਪਾਲ ਕਰਨਪਾਲ ਆਈ ਕਰਾਂ ਹਰਮੇਲ ਸਿੰਘ ਨਿਊਜ਼ੀਲੈਂਡ ਹਰਮੇਲ ਸਿੰਘ ਨਿਊਜ਼ੀਲੈਂਡ ਵਾਲੇ ਸਤਨਾਮ ਸਿੰਘ ਸੱਤਾ ਤੇ ਹਰਨੂਰ ਸਿੰਘ ਕੈਨੇਡੀਅਨ ਹਰਨੂਰ ਸਿੰਘ ਕੈਨੇਡੀਅਨ ਤੇ ਸਤਨਾਮ ਸਿੰਘ ਸੱਤਾ ਗੁਰਜੰਟ ਇੱਥੇ ਹੈਗਾ ਤਾਂ ਗੁਰਜੰਟ ਮੇਰਾ ਵੀਰ ਗੁਰਜੰਟ ਅਮਰਜੀਤ ਸਿੰਘ ਦੀ ਜਿਹੜਿਆ ਸਨਮਾਨ ਚਿੰਨ ਬਾਈ ਪੱਪੂ ਨੂੰ ਦਿੱਤਾ ਜਾਵੇ ਨਾਲ ਇਹਨਾਂ ਦਾ ਆਪਦਾ ਵੀ ਦੇ ਦਿਓ ਜਸਵੀਰ ਸਿੰਘ ਪੱਪੂ ਦਾ
ਜਸਵੀਰ ਸਿੰਘ ਪੱਪੂ ਦਾ ਆਪਦਾ ਸਨਮਾਨ ਚਿੰਨ ਵੀ ਇਹਨਾਂ ਨੂੰ ਦਿੱਤਾ ਜਾਵੇ, ਅਮਰਜੀਤ ਸਿੰਘ ਦਾ ਵੀ ਇਹਨਾਂ ਨੂੰ ਦੇ ਦਿੱਤਾ ਜਾਵੇ। ਸਾਡੇ ਸਤਿਕਾਰਯੋਗ ਡਿਪਟੀ ਸਰ ਸੁਰਜੀਤ ਸਿੰਘ ਜੀ ਖੋਸਾ, ਜੋਗਾ ਸਿੰਘ ਸਪੇਨ, ਜਗਦੇਵ ਸਿੰਘ ਜੀ ਕੋਚ ਰੱਸਾਕਸੀ, ਜਗਦੇਵ ਸਿੰਘ ਜੀ ਕੋਚ ਰੱਸਾਕਸੀ, ਜੋਗਾ ਸਿੰਘ ਸਪੇਨ, ਦਰਸ਼ਨ ਸਿੰਘ ਗੁਰਦਿਆਲ ਸਿੰਘ ਬਾਘੇ ਵੀ ਰਾਜਾ ਬਾਘੇ ਆਈਗਰਾਂ, ਚਰਨ ਸਿੰਘ ਜੀ ਘਈ ਗੋਪੀ ਆ ਮੇਰੇ ਨਾਲ ਹੀ ਖੜਾ, ਬਾਗੇ ਮੇਰੇ ਵੀਰ ਆਈ ਕਰਾਂ ਫਟਾਫਟ, ਜੇ ਬਾਗੇ ਦੇ ਡੈਡੀ ਇੱਥੇ ਹੈਗੇ ਆ ਤਾਂ ਕਿਰਪਾ ਕਰਕੇ ਉਹ ਪਲੀਜ਼ ਆਉਣ, ਦਰਸ਼ਨ ਸਿੰਘ ਬਾਗੇ ਦੇ ਡੈਡੀ ਜੇ ਇੱਥੇ ਹੈਗੇ ਤਾਂ ਕਿਰਪਾ ਕਰਕੇ ਉਹ ਆਉਣ, ਅਦਰਵਾਈਜ਼ ਬਾਘਾ ਉਹਨਾਂ ਦਾ ਸਨਮਾਨ ਚਿੰਨ ਜਿਹੜਾ ਲੈ ਲਵੇਗਾ। ਰਾਮ ਸਿੰਘ ਜੀ ਸਿੱਧੂ ਧੱਲੇ ਕੇ, ਬਲਦੇਵ ਸਿੰਘ ਜੀ USA ਵਾਲੇ, ਬਲਦੇਵ ਸਿੰਘ ਜੀ USA ਵਾਲੇ, ਫਾਈਨਲ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ। ਰਾਮ ਸਿੰਘ ਜੀ ਸਿੱਧੂ ਧੱਲੇ ਕੇ ਵਾਲੇ, ਬਲਦੇਵ ਸਿੰਘ ਜੀ USA, ਸਵਰਗਵਾਸੀ ਹਰਪਾਲ ਸਿੰਘ ਜੀ, ਸਵਰਗਵਾਸੀ ਹਰਪਾਲ ਸਿੰਘ ਜੀ ਚਲੋ ਉਹਨਾਂ ਦੇ ਘਰੇ ਪਹੁੰਚ ਦੀ ਕਰ ਦਿਓ। ਭੁਪਿੰਦਰ ਸਿੰਘ ਜੀ ਮੰਗਤੂ ਕੈਨੇਡੀਅਨ, ਕਰਮ ਸਿੰਘ ਕੈਨੇਡੀਅਨ, ਲਖਵੀਰ ਸਿੰਘ ਲੱਖਾ ਕੈਨੇਡੀਅਨ, ਬਲਵੀਰ ਸਿੰਘ ਜੇ ਇੱਥੇ ਹੈਗੇ ਤਾਂ, ਮਾਸਟਰ ਹਰੀ ਸਿੰਘ, ਹਾਂਜੀ ਸਤਨਾਮ ਸਿੰਘ ਦੁਬਈ ਵਾਲੇ, ਸਤਨਾਮ ਸਿੰਘ ਦੁਬਈ ਵਾਲੇ, ਅੰਗਰੇਜ਼ ਸਿੰਘ ਖੋਸਾ ਜਲਾਲ, ਕੁਲਦੀਪ ਇਹ ਵੀ ਲੈ ਲਈ ਬਾਈ, ਸਰਦਾਰ ਮੁਖਤਿਆਰ ਸਿੰਘ USA ਵਾਲੇ, ਸਰਦਾਰ ਪ੍ਰੀਤਮ ਸਿੰਘ ਜੀ ਫੌਜੀ ਕੈਨੇਡੀਅਨ, ਸਰਦਾਰ ਪ੍ਰੀਤਮ ਸਿੰਘ ਫੌਜੀ ਕੈਨੇਡੀਅਨ, ਮਲਕੀਤ ਸਿੰਘ ਜੀ ਸਾਬਕਾ ਸਰਪੰਚ, ਪਰਮਾਤਮਾ ਸਿੰਘ, ਪਰਮਾਤਮਾ ਸਿੰਘ, ਪ੍ਰੀਤਮ ਸਿੰਘ ਖੋਸਾ ਜਲਾਲ, ਮੈਂ ਮੈਚ ਦੀਆਂ ਟੀਮਾਂ, ਖੋਸਾ ਜਲਾਲ, ਖੋਸਾ ਰਣਧੀਰ ਗਰਾਊਂਡ 'ਚ ਆ ਜਾਏ, ਖੋਸਾ ਰਣਧੀਰ ਦੀ ਟੀਮ, ਸਰਦਾਰ ਪ੍ਰੀਤਮ ਸਿੰਘ ਜੀ, ਸਰਦਾਰ ਪ੍ਰੀਤਮ ਸਿੰਘ ਜੀ ਨੂੰ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਇਹਨਾਂ ਦੇ ਬਜ਼ੁਰਗ ਜੈਤੋ ਵਾਲੇ ਮੋਰਚੇ ਦੇ ਵਿੱਚ ਗਏ ਸੀ, ਆਪਣੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ, ਜੀਤ ਸਿੰਘ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਹਾਂਜੀ
ਹੁਣ ਪਹਿਲਾਂ ਮੈਚ ਹੋਵੇਗਾ, ਜਿਹੜੇ ਬਾਕੀ ਦੇ ਸਨਮਾਨ ਚੈਨਾ ਉਸ ਤੋਂ ਬਾਅਦ ਦਿੱਤੇ ਜਾਣਗੇ। ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਦੇ, ਬਲਵਿੰਦਰ ਸਿੰਘ ਮੈਚ ਸਟਾਰਟ ਕੀਤਾ ਜਾਵੇ ਵੀ ਕਿਹੜਾ ਮੇਰੇ ਵੀਰ ਪੱਤਰਕਾਰ ਉਹ ਵੀ ਇੱਥੇ ਰਹਿਣ, ਛਾਵੜਾ ਸਾਹਿਬ, ਕਾਲੜਾ ਸਾਹਿਬ ਸਾਰੇ, ਉਹਨਾਂ ਨੂੰ ਵੀ ਬਾਅਦ 'ਚ ਸਨਮਾਨ ਦਿੱਤਾ ਜਾਊਗਾ, ਪਹਿਲਾਂ ਮੈਚ ਕਰਵਾਇਆ ਜਾਊਗਾ। ਬੇਨਤੀ ਕਰਦਾ ਮੈਂ ਕਿ ਆਪਾਂ ਗਰਾਊਂਡ ਖਾਲੀ ਕਰ ਦਈਏ ਮੇਰੇ ਵੀਰ, ਗਰਾਊਂਡ ਖਾਲੀ ਕਰ ਦਈਏ ਆਪਾਂ ਮੈਚ ਜਿਹੜਾ ਤਾਂ ਕਿ ਸਟਾਰਟ ਹੋ ਸਕੇ। ਸਰਪੰਚ ਸਾਹਿਬ ਲਾਲੂ ਵੀਰ, ਗਰਾਊਂਡ ਖਾਲੀ ਕਰ ਦਿਓ, ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਜੀ। ਗੋਪੀ, ਗੋਪੀ ਆਓ ਮੇਰੇ ਵੀਰ, ਇੱਧਰ ਆ ਜਾਓ, ਗਰਾਊਂਡ ਖਾਲੀ ਕਰ ਦਿਓ ਤਾਂ ਕਿ ਮੈਚ ਜਿਹੜਾ ਸ਼ੁਰੂ ਹੋ ਸਕੇ। ਕੈਮਰਾਮੈਨਾਂ ਨੂੰ ਬੇਨਤੀ ਕਰਦੇ ਆ ਗਰਾਊਂਡ ਕਲੀਅਰ ਕਰ ਦਿਓ ਜੀ, ਕਿਰਪਾ ਕਰਕੇ, ਬਾਅਦ ਚ ਕਰ ਲਾਂਗੇ ਹੁਣ ਵੀਰ ਬਣ ਕੇ, ਮੈਚ ਜਿਹੜਾ ਚਾਲੂ ਹੋ ਸਕੇ ਗਰਾਊਂਡ ਨੂੰ ਖਾਲੀ ਕਰ ਦਿੱਤਾ ਜਾਵੇ। ਬਾਈ ਜੀ ਤੁਸੀਂ ਚੱਲਿਓ ਮਾੜਾ ਜਿਹਾ, ਕੈਮਰਾਮੈਨ ਸਾਰੇ, ਬਾਈ ਕਰਨਪਾਲ ਆਓ ਗਰਾਊਂਡ ਖਾਲੀ ਕਰੋ ਯਾਰ, ਗਰਾਊਂਡ ਖਾਲੀ ਕਰ ਦਿਓ ਜੀ, ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿੱਤਾ ਜਾਵੇ। ਬੇਨਤੀ ਹੈ ਵੀ ਗਰਾਊਂਡ ਜਿਹੜਾ ਉਹ ਕਲੀਅਰ ਕਰ ਦਿਓ। ਨਾਲ ਹੀ ਦਰਸ਼ਨ ਸਿੰਘ ਜੀ ਬੇਨਤੀ ਹੈ ਵੀ ਵੱਡੇ ਭਾਈ ਮਾਈਕ ਦਿੰਦੇ ਦਿੰਦੇ, ਦਰਸ਼ਨ ਸਿੰਘ ਜੀ ਸਾਡੇ ਸਤਿਕਾਰਯੋਗ ਵੀਰ ਹੈ, ਹੈਲੋ, ਜਲਦੀ ਗਰਾਊਂਡ ਕਲੀਅਰ ਕਰਕੇ ਬਾਗੇ ਵੀਰ ਮੈਚ ਸ਼ੁਰੂ ਕਰਵਾ ਦਿਓ, ਬੇਨਤੀ ਹੈ। ਤੇਜਾ ਪੀਤਾ ਤੇ ਸੇਬੂ ਸਾਡੇ ਵੀਰ ਕਹਿੰਦੇ ਵੀ ਕਰਨ ਤੇ ਜਸਵੰਤ ਜੇਕਰ ਮਾਣੂਕੇ ਵਾਲੇ ਭੀਮ ਨੂੰ ਜੱਫਾ ਲਾਉਣਗੇ ਇਹਨਾਂ ਵੱਲੋਂ 1500 ਹੋਵੇਗਾ। ਪਰ ਨਾਲ ਹੀ ਮੇਰੀ ਇੱਕ ਬੇਨਤੀ ਹੈ ਕਿਉਂਕਿ ਵੀਰ ਜੀ ਫਾਈਨਲ ਮੈਚ ਚੱਲਣ ਲੱਗਾ, ਬਾਅਦ ਦੇ ਵਿੱਚ ਪਲੇਅਰ ਸਾਨੂੰ ਪੈਸੇ ਕਹਿੰਦੇ ਆ ਵੀ ਦੋ, ਜਿਹੜੇ ਵੀਰ ਨੇ ਪੈਸੇ ਲਾਉਣੇ ਬਾਈ ਜੀ ਪੈਸੇ ਨਕਦ ਪਹੁੰਚਦੇ ਕਰੋ, ਇਹ ਹੱਥ ਬੰਨ ਕੇ ਬੇਨਤੀ ਹੈ ਕਿਉਂਕਿ ਬਾਅਦ ਦੇ ਵਿੱਚ ਪਲੇਅਰਾਂ ਨੂੰ ਜਵਾਬ ਅਸੀਂ ਦੇਣਾ ਹੁੰਦਾ ਹੈ। ਨਾਲ ਹੀ ਜੇਕਰ ਰੇਡਰ ਤੇ ਪੈਸੇ ਲੱਗਦੇ ਆ, ਰੇਡਰ ਤੇ ਪੈਸੇ ਲੱਗਦੇ, ਜੇ 3 ਪੁਆਇੰਟ ਰੇਡਰ ਲੈਂਦਾ, ਲੱਗੇ ਪੈਸੇ ਰੇਡਰ ਨੂੰ ਦੇਣੇ ਪੈਣੇ ਵੀ ਟੀਮਾਂ ਸਾਡੇ ਵੀਰ ਧਿਆਨ ਦੇਣ। ਇੱਧਰ ਸਾਡਾ ਵੀਰ ਗਾਗੜ ਕਹਿੰਦਾ ਵੀ ਜੇਕਰ ਫਿੱਡੂ ਜੱਫਾ ਲਾਵੇਗਾ ਭੀਮ ਨੂੰ ਤਾਂ ਆਪਾਂ 200 ਰੁਪਈਆ ਦੇਵਾਂਗੇ, ਹਰ ਇੱਕ ਜੱਫੇ ਦਾ 200 ਰੁਪਈਆ ਲਓ। ਪਹਿਲੀ ਕਬੱਡੀ ਦੇਖਦੇ ਵੀ ਇੱਕ ਸਾਈਤੋ ਵਾਲਾ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਇੱਕ ਸ਼ੂਸ਼ਕ ਦਾ, ਪਰ ਆਹ ਨੌਜਵਾਨ ਤੁਹਾਡੇ ਆਪਣੇ ਪਿੰਡ ਦਾ ਪੰਜਾਬੀ ਵੀਰੋ ਇਸ ਸਮੇਂ ਦੇਖਦੇ ਵੀ ਬਲਜੀਤ ਸਿੰਘ ਬੀਤਾ ਖੋਸਿਆਂ ਦੀ ਧਰਤੀ ਦਾ ਗੱਭਰੂ ਕਬੱਡੀ ਪਾ ਰਿਹਾ ਹੈ, ਦੇਖਦੇ ਵੀ ਸਰਦਾਰ ਦਰਸ਼ਨ ਸਿੰਘ ਦੇ ਸਪੁੱਤਰ ਦੀ ਪਾਈ ਹੋਈ ਕਬੱਡੀ, ਔਰ ਦੂਸਰੇ ਪਾਸੇ ਦੇਖਣਾ ਵੀ 4 ਜਾਫੀ ਹੈ ਨੌਜਵਾਨ ਗੱਭਰੂ ਇਸ ਸਮੇਂ ਨੱਥੋ ਕੇ ਪਿੰਡ ਹੈ, ਰਿੱਕੀ ਦਾ ਪਿੰਡ ਹੈ, ਕਹਿੰਦੇ ਵੀ ਚਿਹੜੇ ਦਾ ਪਿੰਡ ਹੈ, ਵਾਈਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੈ। ਚੱਲ ਵੀ ਨੌਜਵਾਨ ਆਪਾਂ ਵੀ ਕਬੱਡੀ ਲਓ ਸਾਹਮਣੇ, ਭੀਮ ਨੌਜਵਾਨ ਕਹਿੰਦੇ ਵੀ ਜਗਮੀਤ ਸਿੰਘ ਭੀਮ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਜਗਮੀਤ ਸਿੰਘ ਭੀਮ ਦੀ ਪਾਈ ਹੋਈ ਕਬੱਡੀ ਹੈ, ਫਿੱਟੂ ਜੱਫਾ ਲਾਵੇ ਤੇ ਗਾਗੜ ਕਹਿੰਦਾ 200 ਰੁਪਈਆ ਦੇਵਾਂਗੇ। ਲਓ ਜਗਮੀਤ ਸਿੰਘ ਭੀਮ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ, ਜਗਮੀਤ ਸਿੰਘ ਭੀਮ ਨੌਜਵਾਨ ਕਬੱਡੀ
ਹੈਲੋ ਬਾਈ ਜੀ, ਐਂ ਕਰੋ ਥੋੜਾ ਸਾਈਡ ਤੇ ਜੀ, ਸਾਈਡ ਤੇ ਹੋ ਜਾਓ ਵੀਰ ਜੀ, ਅਸੀਂ ਵੀ ਕੁਝ ਦੱਸਣਾ। ਸਿਕਿਉਰਿਟੀ ਵਾਲੇ ਵੀਰਾਂ ਨੂੰ ਬੇਨਤੀ ਵੀ ਜਿੱਥੇ ਕਮੈਂਟਰੀ ਬਾਕਸ ਆ ਉੱਥੋਂ ਜਿਹੜੇ ਸੱਜਣ ਉਹ ਪਾਸੇ ਕਰ ਦਿੱਤੇ ਜਾਣ ਕਿਰਪਾ ਕਰਕੇ। ਚੱਲ ਵੀ ਵਾਹ, ਇੱਕ ਕਹਿੰਦੇ ਵੀ ਚੂੜ ਚੱਕੀ ਆ, ਦੁਨੀਆਂ ਦਾ ਧੱਕੜ ਜਾਫੀ ਹੋਇਆ ਹੈ। ਇੱਕ ਆ ਦੇਖਦੇ ਵੀ ਇਸ ਸਮੇਂ ਜੋਗੇ ਵਾਲਾ ਪਿੰਡ ਮੁੰਡੇ ਦਾ ਕਹਿੰਦੇ ਵੀ ਪੱਪੂ ਨਾਮ ਹੈ, ਔਰ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲੇ ਦੀ ਟੀਮ ਦੇ ਲਈ ਨੌਜਵਾਨ ਤਕੜਾ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਤੇ ਇਸ ਸਮੇਂ ਜੋਗੇ ਵਾਲੇ ਪਿੰਡ ਦਾ ਪੱਪੂ ਕਬੱਡੀ ਪਾ ਰਿਹਾ। ਦੂਸਰੇ ਪਾਸੇ ਕੀਤੀ ਕੋਸ਼ਿਸ਼ ਹੈ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ। ਚੱਲ ਵੀ ਬਬਲੀ ਪਾ ਵੀ ਨੌਜਵਾਨ ਹੈ ਕਬੱਡੀ, ਰਾਮੇ ਵਾਲਾ ਲਓ ਸਾਹਮਣੇ ਨੌਜਵਾਨ। ਕਹਿੰਦੇ ਵੀ ਰਾਮੇ ਦੇ ਰਾਮੇ ਦੀ ਧਰਤੀ ਦਾ ਬਬਲੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਚਾਰ ਜਾਫੀ ਹੈ, ਨਾਲ ਕਹਿੰਦੇ ਵੀ ਸ਼ਿੰਦਾ ਸਿਰੇ ਦਾ ਜਾਫੀ ਹੈ, ਨਾਲ ਫਿੱਡੂ ਤੇ ਨਾਲ ਕਹਿੰਦੇ ਵੀ ਹੈਲੋ ਹੈਲੋ ਨਾਲੀ ਕਰਨਾ ਜੇ ਜਫਾ ਲਾਵੇ ਕੌਣ ਜੀ? ਕਾਲੇ ਦਾ ਪਿਓ 500 ਰੁਪਇਆ ਦੇਵੇਗਾ ਜੇ ਕਰਨਾ 3 ਜਫੇ ਲਾਊ। ਬਵੀ 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 ਇੱਧਰ ਸਾਡੇ ਬੱਬੀ ਜੀ ਕਹਿੰਦੇ ਵੀ 500 ਰੁਪਇਆ ਦੇਵਾਂਗੇ ਕਰਨੇ ਦੇ 3 ਜਫਿਆਂ ਦਾ। ਕਾਲੇ ਦੇ ਫਾਦਰ ਸਾਹਿਬ ਹੈ, ਵੱਡੀ ਹੈ ਚੱਲ ਵੀ ਪਾ ਵੀ ਨੌਜਵਾਨਾਂ ਕਬੱਡੀ ਨਾਲ ਹੀ ਯਾਰ। ਸਾਡਾ ਵੀਰ ਇਕਬਾਲ ਕਾਲਾ ਕਹਿੰਦਾ ਵੀ ਜੇ ਨੌਨ ਸਟੋਪ ਕਬੱਡੀਆਂ ਬੀਤਾ ਪਾਵੇਗਾ ਤੇ ਆਪਾਂ 500 ਰੁਪਇਆ ਦੇਵਾਂਗੇ, ਬੋੜਾ ਜਿੰਨੇ ਜਫੇ ਲਾਊ। ਇਕਬਾਲ ਕਾਲੇ ਵੱਲੋਂ ਉਹਨੇ 100 ਰੁਪਏ ਦਿੱਤੇ ਜਾਣਗੇ, ਆਪਾਂ ਧੰਨਵਾਦ ਕਰਦੇ ਨਾ ਸਾਰੇ ਵੀਰਾਂ ਦਾ। ਲਓ ਇਧਰਲੇ ਬੜੇ ਪੁਆਇੰਟ ਜਿਹੜਾ ਖੋਸੇ ਰਣਧੀਰ ਦੀ ਟੀਮ ਦਾ, ਖੋਸੇ ਰਣਧੀਰ। ਹੈਲੋ ਚੱਲ ਵੀ ਨੌਜਵਾਨਾ ਵਾਹ, ਮਾਣੂ ਕੇ ਜਿਹੜੀ ਵਾਲਾ ਗੱਭਰੂ ਜਗਿੰਦਰ ਸਿੰਘ ਜੀ ਜਈ, ਉਹਨਾਂ ਵੱਲੋਂ 500 ਰੁਪਇਆ ਖੋਸਾ ਰਣਧੀਰ ਦੀ ਟੀਮ ਦੇ ਲਈ ਹੈ। ਜਗਿੰਦਰ ਸਿੰਘ ਜੀ ਜਈ, ਜੇ ਫਿੱਡੂ ਜਫਾ ਲਾਵੇ 200 ਰੁਪਇਆ ਬਾਈ ਗਾਗਟ ਵੱਲੋਂ ਹੋਵੇਗਾ। ਲਓ ਸਾਹਮਣੇ ਦੇਖਦੇ ਵੀ ਜਗਮੀਤ ਸਿੰਘ ਭੀਮ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ। ਸਾਹਮਣੇ ਜਗਮੀਤ ਸਿੰਘ ਭੀਮ ਇਸ ਵੇਲੇ ਕਬੱਡੀ ਪਾਉਣਾ ਹੋਇਆ, ਨਾਲ ਕਹਿੰਦੇ ਵੀ ਸ਼ਿੰਦਾ ਖੋਸਾ ਰਣਧੀਰ ਦੀ ਧਰਤੀ ਦਾ ਸਿਰੇ ਦਾ ਜਾਫੀ ਹੈ। ਲਓ ਸਾਹਮਣੇ ਪੁਆਇੰਟ ਜੋ ਹੈ ਭੀਮ ਦੇ ਹਿੱਸੇ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਜੋਗੇ ਵਾਲੇ ਦਾ ਪੱਪੂ ਦੇਖਦੇ ਹੈ
ਨੌਜਵਾਨ ਇਧਰਲੇ ਬੰਨੇ ਅੱਜ ਖੋਸੇ ਰਣਤੀ ਪੁੱਤ ਬਣ ਖੇਡਦਾ ਹੈ। ਪੈਂਦੀ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ, ਜੋਗੀ ਗੱਭਰੂ ਇਸ ਸਮੇਂ ਕਬੱਡੀ ਪਾ ਰਿਹਾ ਹੈ। ਇੱਧਰ ਕਹਿੰਦੇ ਵੀ ਵਾਇਦਰ ਤਿੰਨ ਜੱਫਿਆਂ ਤੇ, ਇੱਧਰ ਤਿੰਨ ਜੱਫਿਆਂ ਤੇ ਸਾਡੇ ਕਾਲੇ ਦੇ ਫਾਦਰ ਸਾਹਿਬ ਕਹਿੰਦੇ ਵੀ ਆਪਾਂ 500 ਦੇਵਾਂਗੇ, ਉੱਧਰ ਕਹਿੰਦੇ ਵੀ ਜੇਕਰ ਕਰਨਾ ਜੱਫਾ ਲਾਉਂਦਾ ਤਾਂ ਸਾਡੇ ਵੀਰ ਕਹਿੰਦੇ ਵੀ ਆਪਾਂ 500 ਇੱਕ ਜੱਫੇ ਦਾ। ਇੱਧਰ ਕੀਪਾ ਜੀ ਸਾਡੇ ਵੀਰ, ਕੀਪਾ ਸਾਡਾ ਵੀਰ ਕਹਿੰਦਾ ਵੀ ਆਪਾਂ ਇੱਕ ਜੱਫੇ ਦਾ 500 ਦੇਵਾਂਗੇ। ਇਸੇ ਨਾਲ ਮੈਚ ਸਮਾਪਤ ਹੈ, ਮੈਚ ਜਿਹੜਾ ਸਮਾਪਤ ਹੈ, ਜਿਹੜਾ ਚੱਲਦੇ ਹੋਏ ਮੈਚ ਦੇ ਵਿੱਚ ਲੇਖਾ ਜੋਖਾ ਹੈ ਦਰਸ਼ਕ ਵੀਰੋ, ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਅੱਜ ਦੇ ਖੇਡ ਮੇਲੇ ਦੇ ਵਿੱਚ ਕਿਹੜੀ ਟੀਮ ਜਿਹੜੀ ਫਾਸਟ ਹੈ ਔਰ ਕਿਹੜੀ ਟੀਮ ਜਿਹੜੀ ਸੈਕਿੰਡ ਰਹੀ ਹੈ। ਨੱਥੋ ਕਹਿੰਦੇ ਪੁਆਇੰਟ ਨੇ 5 ਤੇ ਖੋਸਾ ਰਣਧੀਰ 7.5। ਇਸ ਮੁਕਾਬਲੇ ਵਿੱਚੋਂ ਖੋਸਾ ਰਣਧੀਰ ਫਾਸਟ ਹੈ, ਨੱਥੋ ਕੇ ਸੈਕਿੰਡ ਹੈ। ਦੋਨੋਂ ਟੀਮਾਂ ਨੂੰ ਲੱਖ ਲੱਖ ਮੁਬਾਰਕਾਂ ਹੈ, ਸਾਰੇ ਸੱਜਣਾਂ ਦਾ ਧੰਨਵਾਦ ਹੈ। ਹੈਲੋ,
ਜਿੱਤੀ ਟੀਮ ਆਪਣੇ ਮਾਨ ਸਨਮਾਨ ਲਵੇ, ਜਿੱਤੀ ਟੀਮ ਜਿਹੜੀ ਜਿੱਤੀ ਟੀਮ ਹੈ ਉਹ ਆਪਣੇ ਮਾਨ ਸਨਮਾਨ ਲਵੇ। ਨਾਲ ਹੀ ਦਰਸ਼ਨ ਸਿੰਘ ਜੀ ਹੀਰੋ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਸਾਊਂਡ ਦੇ ਲਾਗੇ ਆਉਣ। ਦਰਸ਼ਨ ਸਿੰਘ ਜੀ ਹੀਰੋ, ਦਰਸ਼ਨ ਸਿੰਘ ਜੀ ਹੀਰੋ ਕਿਰਪਾ ਕਰਕੇ ਬਾਈ ਦਰਸ਼ਨ, ਦਰਸ਼ਨ ਸਿੰਘ ਜੀ ਹੀਰੋ ਸਾਊਂਡ ਦੇ ਲਾਗੇ ਆ ਜਾਣ ਇੱਕ ਮਿੰਟ ਲਈ। ਹਾਂਜੀ, ਸੈਕਿੰਡ ਪ੍ਰਾਈਜ਼ ਨੱਥੋਕੇ, ਸੈਕਿੰਡ ਪ੍ਰਾਈਜ਼ ਨੱਥੋਕੇ। ਭੀਮ, ਭੀਮ ਜਿੱਥੇ ਵੀ ਹੋਵੇ ਇੱਥੇ ਆਵੇ, ਭੀਮ ਭੀਮ ਆ ਜੇ ਮੇਰਾ ਵੀਰ। ਨੱਥੋਕੇ ਸੈਕਿੰਡ ਪ੍ਰਾਈਜ਼, ਨੱਥੋਕੇ ਸੈਕਿੰਡ ਪ੍ਰਾਈਜ਼। ਪੱਪੂ ਜੋਕੇ ਵਾਲਾ, ਬਿੱਲਾ ਗਗੜੇ ਵਾਲਾ, ਪੱਪੂ ਜੋਕੇ ਵਾਲਾ ਤੇ ਬਿੱਲਾ ਗਗੜੇ ਵਾਲਾ ਆ ਜਾਣ ਕਿਰਪਾ ਕਰਕੇ। ਪੱਪੂ ਜੋਕੇ ਵਾਲਾ ਤੇ ਬਿੱਲਾ ਗਗੜੇ ਵਾਲਾ, ਪੱਪੂ ਗਗੜੇ ਵਾਲਾ, ਲੈ ਬਿੱਲਾ ਗਗੜੇ ਵਾਲਾ ਤੇ ਪੱਪੂ ਜੋਗੇ ਵਾਲਾ ਆ ਜਾਓ ਮੇਰੇ ਵੀਰ ਫਟਾਫਟ। ਆ ਪੱਪੂ ਹੋਈ ਗਾਹ ਮੇਰਾ ਵੀਰ, ਆ ਪੱਪੂ ਜੋਗੇ ਵਾਲਾ, ਬਿੱਲਾ ਬਿੱਲਾ ਗਗੜਾ, ਬਿੱਲਾ ਗਗੜਾ ਉਹ ਵੀ ਆ ਜੇ ਨਾਲ ਹੀ ਸਾਡੇ ਜੋਗਿੰਦਰ ਸਿੰਘ ਜੀ ਕਾਮਰੇਡ ਜੇਈ ਸਾਹਿਬ ਉਹਨਾਂ ਵੱਲੋਂ ਪਿੰਡ ਖੋਸਾ ਰੰਧੀਰ ਦੀ ਸਮੁੱਚੀ ਟੀਮ ਨੂੰ 500 ਰੁਪਈਆ ਸਪੈਸ਼ਲ ਨਾਮ ਭੇਜਿਆ ਜਾਂਦਾ। ਸਰਦਾਰ ਜੋਗਿੰਦਰ ਸਿੰਘ ਜੀ ਜੇਈ ਖੋਸਾ ਰੰਧੀਰ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਮੁੱਚੀ ਕਲੱਬ ਵੱਲੋਂ। ਮਨਜੀਤ, ਬਾਈ ਮਨਜੀਤ, ਰਜਿੰਦਰ ਭੋਲਾ ਜੀ, ਰਜਿੰਦਰ ਭੋਲਾ ਜੀ, ਬੀਤਾ ਬੀਤਾ ਮੇਰਾ ਵੀ ਰਾਜੇ, ਰਜਿੰਦਰ ਭੋਲਾ ਜੀ, ਤਵਾੜੀ ਸਾਹਿਬ, ਤਵਾੜੀ ਸਾਹਿਬ,
ਬਿੱਲਾ ਗਗੜਾ, ਬਿੱਲਾ ਗਗੜਾ ਪਿੱਛੇ, ਬਿੱਲਾ ਗਗੜਾ, ਬਿੱਲਾ ਗਗੜਾ, ਬੀਤਾ ਖੋਸਾ, ਬੀਤਾ ਖੋਸਾ, ਗੁਰਜਨ ਸਿੰਘ ਡਾਇਰੈਕਟਰ ਸਾਹਿਬ, ਗੁਰਜਨ ਸਿੰਘ ਡਾਇਰੈਕਟਰ ਸਾਹਿਬ, ਕਾਲਾ ਕਾਲਾ ਬਵੀ ਸਿੰਘ ਦੇ ਲੜਕੇ ਨੇ ਜੋ ਕਾਲਾ, ਗੁਰਸੇਵਕ ਸਿੰਘ ਖੋਸਾ ਕੋਟਲਾ, ਗੁਰਸੇਵਕ ਸਿੰਘ ਖੋਸਾ ਕੋਟਲਾ, ਸੇਵਕ ਸਿੰਘ ਸੁਰਜੀਤ ਸਿੰਘ ASI ਸਾਹਿਬ, ASI ਸਾਹਿਬ ਥਾਣਾ ਕੋਟੀ ਸੇਖਾਂ, ਬੜੀਆਂ ਵੱਡੀਆਂ ਸੇਵਾਵਾਂ ਇਹਨਾਂ ਨੇ ਸੁਬਾਹ ਤੋਂ ਸਾਨੂੰ ਦਿੱਤੀਆਂ ਨੇ। ਸੁਖਦੇਵ ਸਿੰਘ ਸੇਬੂ ਤੇ ਕੁਲਦੀਪ ਸਿੰਘ ਹੈਡ ਕਾਂਸਟੇਬਲ, ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਕਸ਼ਮੀਰ ਸਿੰਘ ਨਿਰਮਲ ਸਿੰਘ ਜੀ ਕਾਲੜਾ ਸਾਹਿਬ, ਨਿਰਮਲ ਸਿੰਘ ਜੀ ਕਾਲੜਾ ਸਾਹਿਬ, ਨਿਰਮਲ ਸਿੰਘ ਜੀ ਕਾਲੜਾ, ਬੀਤਾ ਖੋਸਾ, ਬੀਤਾ ਖੋਸਾ ਵੀਰ 5100 ਆਪਣਾ ਜਿਹੜਾ ਨਾਮ ਲੈ ਜਾਵੇ, ਨਸ਼ਾ ਰਹਿਤ ਖੇਡ ਨੂੰ ਜਿਹੜਾ ਅਸੀਂ ਕਮੇਟੀ ਵੱਲੋਂ ਸਨਮਾਨਿਤ ਕਰਨਾ ਸੀ। ਡਾਕਟਰ ਲਖਵੀਰ ਸਿੰਘ, ਡਾਕਟਰ ਲਖਵੀਰ ਸਿੰਘ ਬੀਤੇ ਆ ਵੀਰੇ, ਕਾਲਾ ਕਾਲਾ ਮੀਰ ਆ ਜਾਓ, ਕਾਲਾ ਬਵੀ ਸਿੰਘ ਦਾ ਲੜਕਾ ਹੈ ਕਾਲਾ, ਅਮਰੀਕ ਸਿੰਘ ਕਮੈਂਟੇਟਰ, ਬੋੜਾ ਬੋੜਾ ਮੇਰਾ ਵੀਰ ਉਹ ਵੀ ਆਵੇ ਜਲਦੀ ਤੋਂ ਜਲਦੀ, ਬੋੜਾ ਨਿਰਮਲ ਸਿੰਘ ਜੀ ਕਾਲੜਾ ਸਾਹਿਬ ਬੀਤੇ ਆ ਮੇਰੇ ਵੀਰ ਬੀਤੇ, 5100 ਦਾ ਸਪੈਸ਼ਲ ਇਨਾਮ ਜਿਹੜਾ ਅਸੀਂ ਅਨਾਊਂਸ ਕੀਤਾ ਸੀ। ਦਿਲਬਾਗ ਸਿੰਘ,
ਦਲਬਾਗ ਸਿੰਘ ਕਮੈਂਟੇਟਰ ਨੇ ਚੰਗੀਆਂ ਸੇਵਾਵਾਂ ਨਿਭਾਈਆਂ ਇਹਨਾਂ ਨੇ। ਬੋੜਾ ਮੇਰਾ ਵੀਰ ਬੋੜਾ, ਟੋਨੀ ਕਬੱਡੀ ਖਿਡਾਰੀ, ਟੋਨੀ ਕਬੱਡੀ ਖਿਡਾਰੀ ਸਤਵੀਰ ਸਿੰਘ ਟੋਨੀ, ਰਣਜੀਤ ਸਿੰਘ ਜੀ, ਰਣਜੀਤ ਸਿੰਘ, ਰਾਮ ਸਿੰਘ ਜੀ ਕੇਬਲ ਆਪਰੇਟਰ, ਰਾਮ ਸਿੰਘ ਜੀ, ਰਣਜੀਤ ਸਿੰਘ ਜੀ ਕਿਰਪਾ ਕਰਕੇ ਆਇਓ। ਸਤਵੀਰ ਸਿੰਘ ਜੀ ਟੋਨੀ, ਟੋਨੀ ਕਬੱਡੀ ਖਿਡਾਰੀ, ਟੋਨੀ ਕਬੱਡੀ ਖਿਡਾਰੀ ਸਤਵੀਰ ਸਿੰਘ ਜੀ, ਸਤਵੀਰ ਸਿੰਘ ਟੋਨੀ ਕਾਲਾ, ਕਾਲਾ ਮੇਰਾ ਵੀਰ ਸਿੰਘ ਕੇਵਲ ਆਪਰੇਟਰ, ਰਾਮ ਸਿੰਘ ਕੇਵਲ ਆਪਰੇਟਰ ਉਹਨਾਂ ਦੇ ਲੜਕੇ ਟਰਾਫੀ ਕਰ, ਰਣਜੀਤ ਬਾਈ, ਰਣਜੀਤ, ਰਣਜੀਤ, ਕਰਨਪਾਲ ਸਿੰਘ ਜੀ ਘੋਨਾ, ਕਾਲਾ ਘੋਨੇ ਵੀਰ ਦਾ ਭਤੀਜਾ ਕਾਲਾ, ਉਹ ਨਹੀਂ ਪਹੁੰਚਿਆ ਅਜੇ। ਦਲਵੀਰ ਸਿੰਘ ਬੀਰੀ, ਦਲਵੀਰ ਸਿੰਘ ਬੀਰੀ, ਦਲਵੀਰ ਸਿੰਘ ਬੀਰੀ ਪੱਪੀ ਦਾ ਬ੍ਰਦਰ ਆ,